ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਤੁਹਾਡੇ ਨਾਲ ਅੱਜ ਲਾਈਵ ਜੁੜ ਰਹੇ ਹਾਂ ਮੈਂ ਅੱਜ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਐਜ਼ ਆਲਵੇਜ਼ ਲਾਈਵ ਪ੍ਰੋਗਰਾਮ ਜਦੋਂ ਵੀ ਮੈਨੂੰ ਮੌਕਾ ਮਿਲਦਾ ਤੁਹਾਡੇ ਨਾਲ ਪੇਸ਼ ਹੋਣ ਦਾ ਮੈਨੂੰ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਬਿਕਾਜ਼ ਆਈ ਲਵ ਟਾਕਿੰਗ ਟੂ ਯੂ ਅਮ ਸੋ ਜਰੂਰ ਅੱਜ ਸਾਡੇ ਪ੍ਰੋਗਰਾਮ ਵਿੱਚ ਜੁੜ ਕੇ ਆਪਣੀ ਸਾਰੀ ਅਮ ਜੋ ਤੁਹਾਡੇ opinion ਹਨ ਕੇ ਇਸ ਹਫਤੇ ਕੀ ਕੁਝ ਹੋਇਆ ਕੀ ਵੱਖ-ਵੱਖ headlines ਖਬਰਾਂ ਆ ਖਾਸ ਕਰਕੇ ਜੋ ਕੁਝ headlines ਅੱਜ ਤੁਹਾੜ ਨਾਲ ਸਾਂਝੀਆਂ ਕੀਤੀਆਂ ਬਾਕੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਤੁਹਾਡੀ ਕੀ رائے ਹੈ ਮੈਂ ਸੁਣਨਾ ਚਾਹੁੰਦੀ ਹਾਂ ਜਰੂਰ ਕਾਲ ਕਰਕੇ ਸਾੜ ਨਾਲ ਸਾਂਝੀ ਕਰੋ ਬਟ ਲੈਟਸ ਗੈਟ ਦ ਪ੍ਰੋਗਰਾਮ ਸਟਾਰਟਡ ਕੁਝ ਵੱਡੀ headlines ਲੈ ਕੇ ਸ਼ੁਰੂ ਕਰਦੇ ਹਾਂ ਖਾਸ ਕਰਕੇ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਬਹੁਤ ਵੱਡੀ ਅਜ ਅਨਾਉਂਸਮੈਂਟ ਕੀਤੀ ਗਈ ਪ੍ਰੈਜ਼ੀਡੈਂਟ ਬਾਈਡਨ ਹਿਮਸੈਲਫ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਹੋਲਡ ਕੀਤੀ ਤੇ ਉਹਨਾਂ ਦੇ ਜੋ ਚੀਫ ਤੁਸੀਂ ਕਹਿ ਲਓ ਹੈਲਥ ਐਕਸਪਰਟ ਉਹਨਾਂ ਦੇ ਪੈਨਲ ਤੇ ਹੈਗੇ ਡਾਕਟਰ ਐਂਥਨੀ ਫਾਊਚੀ ਉਹਨਾਂ ਨੇ ਇਹ ਐਲਾਨ ਕੀਤਾ ਅੱਜ ਕਿ ਸੀਡੀਸੀ ਵੱਲੋਂ ਏ ਹੁਣ ਕਿਹਾ ਗਿਆ ਹੈ ਅਫੀਸ਼ੀਅਲ ਤੌਰ ਤੇ ਕਿ ਅਗਰ ਤੁਸੀਂ ਫੁੱਲੀ ਵੈਕਸੀਨੇਟਡ ਹੈਗੇ ਤੁਹਾਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ ਖਾਸ ਕਰਕੇ ਪਬਲਿਕ ਦੇ ਵਿੱਚ ਤੇ ਤੁਸੀਂ ਸੋਸ਼ਲ ਡਿਸਟੈਂਸਿੰਗ ਤੇ ਇਹੋ ਜਿਹਾ ਪਰਹੇਜ਼ ਤੁਹਾਨੂੰ ਹੁਣ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਮਤਲਬ ਖੁੱਲ ਕੇ ਇੱਕ ਨਾਰਮਲ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਮਿਲ ਸਕਦੇ ਹੋ ਵਰਤ ਸਕਦੇ ਹੋ ਆ ਖਾਸ ਕਰਕੇ ਜੋ ਮਾਸਕ ਦੀ ਚੀਜ਼ ਹੈ ਇਹ ਬਹੁਤ ਵੱਡੀ ਅਨਾਉਂਸਮੈਂਟ ਹੈ ਆ ਜੋ ਬਾਈਡਨ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਵੀ ਕਿਹਾ ਕਿ ਇੱਕ ਬਹੁਤ ਵਧੀਆ ਦਿਨ ਹੈ ਇਸ ਕੰਟਰੀ ਲਈ ਕਿ ਆਪਾਂ ਫਾਈਨਲੀ ਮਾਸਕਸ ਤੋਂ ਹੌਲੀ ਹੌਲੀ ਪਰੇ ਹਟ ਸਕਦੇ ਆ but i have to say here um ki eh jo announcement hai ki eh thodi shocking hai gi because um eh masks the guidance uh, काफी जो health experts se ye epidemiologists um jo ke is tarah di mahamari nu study karde hai oh scientists unhan ne recently ek survey vich eh vi kiah si ki sanu nahi lagda ki masks at least ek saal le kithe jaan ge so eh aj announcement cdc valon ek vadiya news vi hai but suddenly ਇਹ ਇੱਕ ਸਵਾਲ ਜਰੂਰ ਪੈਦਾ ਹੁੰਦਾ ਹੈ ਕਿ ਇਹ ਅਨਾਉਂਸਮੈਂਟ ਉਹਨਾਂ ਨੇ ਇਸ ਕਰਕੇ ਤਾਂ ਨਹੀਂ ਕੀਤੀ ਤਾਂ ਕਿ ਲੋਕੀ ਵੈਕਸੀਨਸ ਹੋਰ ਲਵਾਨ ਬਿਕੋਜ਼ ਯੂਨਾਈਟਿਡ ਸਟੇਟਸ ਦੇ ਵਿੱਚ ਵਰਕ ਵਰਕ ਸਟੇਟਾਂ ਦੇ ਵਿੱਚ ਵੈਕਸੀਨ ਦੀ ਡਿਮਾਂਡ ਕਮ ਦਿਸਦੀ ਜਾ ਰਹੀ ਹੈ ਕਿ ਸਟੇਟਸ ਜਿੱਥੇ ਉਹਨਾਂ ਨੂੰ ਹੋਰ ਵੈਕਸੀਨਸ ਆਪਣੇ ਸਿਟੀਜ਼ਨਸ ਆਪਣੇ ਰੈਜ਼ੀਡੈਂਟਸ ਨੂੰ ਲਵਾਨੀਆਂ ਚਾਹੀਦੀਆਂ ਉਸ ਤੋਂ ਬਹੁਤ ਡੀਕ੍ਰੀਸ ਸਪਲਾਈ ਬਹੁਤ ਡੀਕਰੀਸਡ ਡਿਮਾਂਡ ਉਹ ਮੰਗ ਰਿਹਾ ਸੋ ਸ਼ਾਇਦ ਸੀਡੀਸੀ ਵੱਲੋਂ ਅੱਜ ਇਹ ਅਨਾਉਂਸਮੈਂਟ ਇੱਕ ਇਹ ਵੀ ਇਹਦਾ ਕਾਰਨ ਹੋਏ ਕਿ ਲੋਕੀ ਹੋਰ ਵੈਕਸੀਨ ਲਵਾਉਣ ਅਮ ਇਫ ਨਾ ਫਰ ਐਨਥਿੰਗ ਐਲਸ ਤਾਂ ਕਿ ਤੁਸੀਂ ਮਾਸਕ ਨਾ ਤੁਹਾਨੂੰ ਪਾਣਾ ਪਏ ਅਮ ਸੋ ਵਾਂਸ ਅਗੇਨ ਆਈ نو ਮਹਿਤਾ ਇੱਕ ਬ੍ਰੋਕਨ ਰੈਕਡ ਦੀ ਤਰ੍ਹਾਂ ਇਸ ਚੀਜ਼ ਨੂੰ ਬਾਰ-ਬਾਰ ਕਹਿੰਦੀ ਰਹਿੰਦੀ ਆ ਸ਼ਾਇਦ ਤੁਸੀਂ ਸੁਣ ਰਹੇ ਹੋ ਨਹੀਂ ਸੁਣ ਰਹੇ ਬਟ ਮੈਂ ਫਿਰ ਇੱਕ ਵਾਰੀ ਕਹਾਂਗੀ ਜ਼ਰੂਰ ਆਪਣੀ ਵੈਕਸੀਨ ਲਵਾਓ ਤੇ ਵੈਕਸੀਨ ਜਦੋਂ ਤੁਸੀਂ ਲਵਾਣੀ ਇੱਕ ਸ਼ਾਰਟ ਨਹੀਂ ਦੋਨੋਂ ਸ਼ਾਰਟ ਲਵਾਓ ਅਮ ਬਿਕੋਜ਼ ਇੱਕ ਲਗਾ ਕੇ ਉਹ ਕੋਈ ਕੰਮ ਨਹੀਂ ਕਰਦੀ ਅੰਲਾਸ ਇਟਸ ਜான்ਸਨ ਐਂਡ ਜான்ਸਨ ਜੋ ਹੈਗੀ ਇੱਕ ਸ਼ਾਰਟ ਵਾਲੀ ਵੈਕਸੀਨ ਬਟ ਅਗਰ ਤੁਸੀਂ ਮਦਰਨਾ ਜਾਂ ਫਾਈਜ਼ਰ ਦੀ ਵੈਕਸੀਨ ਲਵਾ ਰਹੇ ਹੋ ਦਨ ਜਰੂਰ ਦੋ ਸ਼ਾਰਟਸ ਲਵਾਓ ਤੇ ਦੂਜੀ ਚੀਜ਼ ਹੁਣ ਵੈਕਸੀਨ ਦੀ ਅਪਰੂਵਲ ਹੋ ਗਈ ਹੈ ਨੌਜਵਾਨਾਂ ਲਈ ਟੀਨਸ ਏਜ 12 ইয়ারਸ 12 ਸਾਲ ਤੇ ਉੱਤੇ ਦੇ ਬੱਚੇ ਵੀ ਹੁਣ ਵੈਕਸੀਨ ਲਵਾ ਸਕਦੇ ਆ ਇਹ ਅਪਰੂਵਡ ਹੋ ਗਈ ਹੈ ਸੋ ਸਾਨੂੰ ਇਹ ਵੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਾਲ ਦੇ ਵਿੱਚ ਸਕੂਲਸ ਵੀ ਸ਼ੈਡਸ ਫੁੱਲੀ ਓਪਨ ਹੋਣ ਸੋ ਇਹ ਸਾਰੀ ਬਹੁਤ ਵਧੀਆ ਨਿਊਜ਼ ਹੈ ਆਮ ਇੱਕ ਹੋਰ ਵੱਡੀ ਨਿਊਜ਼ ਯੂਨਾਈਟਿਡ ਸਟੇਟਸ ਦੇ ਵਿੱਚ ਜਿਸ ਤਰ੍ਹਾਂ ਇਸ ਹਫਤੇ ਤੁਹਾਡੇ ਨਾਲ ਕਲੋਨੀਅਲ ਪਾਈਪਲਾਈਨ ਦਾ ਜੋ ਸਾਈਬਰ ਅਟੈਕ ਹੋਇਆ ਸੀ ਉਹਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ ਆਮ ਕਲੋਨੀਅਲ ਪਾਈਪਲਾਈਨ ਇੱਕ ਵਾਰੀ ਫਿਰ ਜਾਰੀ ਹੋ ਚੁੱਕੀ ਹੈ ਖੁੱਲ ਚੁੱਕੀ ਹੈ ਤੇ ਇਹ ਖਬਰ ਲਿਕਲੀ ਕਿ ਜੋ ਉਹਨਾਂ ਨੂੰ ਰੈਨਸਮ ਲਈ ਮਤਲਬ ਜਿਸ ਤਰ੍ਹਾਂ ਉਹਨੂੰ ਅ अर्ਲियर इन द वीक ਹਫਤੇ ਦੇ अर्लियर ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਉਹਨਾਂ ਦੀ ਕੋਈ ਇਨਫਰਮੇਸ਼ਨ ਰਸ਼ੀਅਨ ਹੈਕਰਸ ਨੇ ਇੱਕ ਕਿਸਮ ਦੀ ਕਿਡਨੈਪ ਕਰ ਲਈ ਸੀ ਤੇ ਉਹਨਾਂ ਤੋਂ ਉਹਦਾ ਰੈਨਸਮ ਮੰਗ ਰਹੇ ਸੀ ਆ ਇਹ ਅੱਜ ਖਬਰ ਲਿਖ ਲਈਏ ਕਿ ਕਲੋਨੀਅਲ ਪਾਈਪਲਾਈਨ ਨੇ ਉਹ ਰੈਨਸਮ ਪੇ ਕਰਤਾ ਹੈ ਤੇ ਲਗਭਗ 75 ਮਿਲੀਅਨ ਡਾਲਰਸ ਦਾ ਉਹ ਰੈਨਸਮ ਸੀਗਾ ਜੋ ਇਹਨਾਂ ਨੇ ਦਿੱਤਾ ਯਾ ਐਕਸੈਸ ਮੀਨ 75 ਮਿਲੀਅਨ ਡਾਲਰਸ 5 ਮਿਲੀਅਨ ਡਾਲਰਸ 75 ਬਿਟਕੋਇਨ ਸੋ ਬਿਟਕੋਇਨ ਇਸ ਅਮ ਇੱਕ ਕ੍ਰਿਪਟੋ ਕਰੰਸੀ ਡਿਜੀਟਲ ਕਰੰਸੀ ਜੋ ਕਿ ਕਾਫੀ ਵੱਡੇ ਤੌਰ ਤੇ ਅਮ ਸਾਨੂੰ ਹੁਣ ਵੇਖਣ ਨੂੰ ਮਿਲ ਰਹੀ ਹੈ ਪਪੂਲਰ ਹੋ ਰਹੀ ਹੈ ਅਮ ਸੋ ਜੋ ਹੈਕਰ ਸਿਗੇ ਉਹਨਾਂ ਨੇ ਆਪਣਾ ਰੈਨਸਮ ਬਿਟਕੋਇਨ ਦੇ ਵਿੱਚ ਲਿੱਤਾ ਕਲੋਨੀਅਲ ਪਾਈਪਲਾਈਨ ਤੋਂ ਬਟ ਇਹਦੇ ਵਿੱਚ ਇਹ ਗੁੱਡ ਨਿਊਜ਼ ਹੈ ਕਿ ਕਿ ਐਟਲੀਸਟ ਅਮ ਜਿੱਥੇ ਸਾਨੂੰ ਗੈਸ ਦੀ ਤੰਗੀ ਤੇ ਜੋ ਡਿਸਰਪਸ਼ਨਸ ਇਨ ਟ੍ਰਾਂਸਪੋਰਟੇਸ਼ਨ ਨੈਸ਼ਨਲ ਸਿਕਿਉਰਿਟੀ ਇਹੋ ਜੀ ਸਾਰੀ ਚੀਜ਼ਾਂ ਤੇ ਦਾ 네ਗੇਟਿਵ ਇੰਪੈਕਟ ਹੋ ਰਿਹਾ ਸੀ ਉਹ ਸ਼ਾਇਦ ਹੁਣ ਕਾਮ ਡਾਊਨ ਹੋ ਜਾਊਗਾ ਬਟ ਇੱਕ ਵਾਰੀ ਫਿਰ ਇਥੇ ਬਹੁਤ ਵੱਡਾ ਸਵਾਲ ਬਣਦਾ ਹੈ ਕਿ ਇਹ ਇੱਕ ਕਿਸਮ ਦਾ ਦਰਵਾਜ਼ਾ ਖੋਲਦਾ ਹੈ ਇਨ ਰਸ਼ੀਅਨ ਹੈਕਰਸ ਨੇ ਇਹ ਅਟੈਕ ਕਰਕੇ ਕਲੋਨੀਅਲ ਪਾਈਪਲਾਈਨ ਤੇ ਜੋ ਕਿ ਇੱਕ ਸਰਕਾਰੀ ਸੰਸਥਾ ਨਹੀਂ ਹੈਗੀ ਇੱਕ ਪ੍ਰਾਈਵੇਟ ਕੰਪਨੀ ਸੀਗੀ ਆਮ ਉਹਨਾਂ ਤੇ ਇਹੋ ਜਿਹਾ ਅਟੈਕ ਕਰਕੇ ਉਹਨਾਂ ਨੇ ਇੱਕ ਇਹ ਚੀਜ਼ ਹੁਣ ਸਾਬਿਤ ਕਰਤੀ ਕਿ ਹੋਰ ਵਕ ਵਕ ਯੂਨਾਈਟਿਡ ਸਟੇਟਸ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਵੀ ਇਸ ਤਰ੍ਹਾਂ ਅਟੈਕ ਹੋ ਸਕਦੇ ਆ ਸੋ ਆਮ ਵਾਂਸ ਅਗੇਨ ਇਹ ਇੱਕ ਕਿਸਮ ਦਾ ਦਰਵਾਜ਼ਾ ਹੁਣ ਖੋਲ ਦਿੱਤਾ ਹੈ ਕਿ ਇਸ ਕੰਟਰੀ ਨੂੰ ਉਹਦਾ ਜਵਾਬ ਇਸੇ ਤਰ੍ਹਾਂ ਦੇਣਾ ਪੈਣਾ ਹੈ ਕਿ ਇੱਥੇ ਦੀ ਜੋ ਕ੍ਰਿਟੀਕਲ ਇਨਫਰਾਸਟ੍ਰਕਚਰ ਸਨ ਉਹਨਾਂ ਦੀ ਸਾਈਬਰ ਸਿਕਿਉਰਿਟੀ ਕਿਸ ਤਰ੍ਹਾਂ ਹੋਰ ਮਜ਼ਬੂਤ ਕਰਦੇ ਕੰਟਰੀ ਦੇ ਵਿੱਚ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਿਖ ਨੂੰ ਮਿਲੇਗਾ ਇੰਟਰਨੈਸ਼ਨਲ ਤੌਰ ਤੇ ਜਿਸ ਤਰ੍ਹਾਂ ਤੁਹਾਨੂੰ ਕੱਲ ਦੱਸਿਆ ਸੀ ਮਿਡਲ ਈਸਟ ਦੇ ਵਿੱਚ ਇਨਕਰੀਸਿੰਗ ਵਾਇਲੈਂਸ ਐਸਕਲੇਸ਼ਨਸ ਫਾਈਟਿੰਗ ਦੀ ਹੋ ਰਹੀਆਂ ਤੇ ਅੱਜ ਵੀ ਕੋਈ ਇਸ ਚੀਜ਼ ਨੂੰ ਲੈ ਕੇ ਵਧੀਆ ਖਬਰ ਨਹੀਂ ਆ ਇਹਦੇ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਅੱਜ ਜਿੱਥੇ ਸਾਡੀ ਮੁਸਲਿਮ ਕਮਿਊਨਿਟੀ ईद ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਿਡਲ ਈਸਟ ਦੇ ਵਿੱਚ ਹੋਰ ਸਾਨੂੰ ਇਨਕਰੀਸ ਇਨ ਵਾਇਲੈਂਸ ਦੇ ਵਿੱਚ ਵੇਖ ਨੂੰ ਮਿਲਿਆ ਅਮ ਤੇ ਤੁਸੀਂ ਵੀ ਜ਼ਰੂਰ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਮ ਸਾਡੇ ਨਾਲ ਕੱਲ ਪ੍ਰੋਫੈਸਰ ਮੁਹੰਮਦ ਖਾਲਿਦ ਜੁੜੇ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹ ਅਨਫੋਰਚਨਟਲੀ ਸਾਡੇ ਨਾਲ ਲਾਈਵ ਨੇ ਜੁੜ ਚੁਕੇ ਜੁੜ ਸਕਦੇ ਸੀ ਬਟ ਅਗਰ ਤੁਸੀਂ ਉਹਨਾਂ ਲਈ ਜਾਂ ਉਸ ਮੁੱਦੇ ਤੇ ਤੁਸੀਂ ਕੋਈ ਕਮੈਂਟ ਅੱਜ ਦੇਣਾ ਚਾਹੁੰਦੇ ਹੋ ਜਰੂਰ ਕਾਲ ਕਰੋ ਬਿਕਾਜ਼ ਹਲੇ ਵੀ ਗਾਜ਼ਾ ਦੇ ਵਿੱਚ ਇਜ਼ਰਾਈਲ ਤੇ ਪੈਲੇਸਟਾਈਨ ਦੀ ਲੜਾਈ ਕਾਮ ਡਾਊਨ ਹੋਣ ਦੀ بجائے ਹੋਰ ਇਨਕਰੀਸ ਹੋ ਰਹੀ ਹੈ ਅਨਫੋਰਚਨਟਲੀ ਯੂਨਾਈਟਿਡ ਸਟੇਟਸ ਵੱਲੋਂ ਡਿਪਲੋਮੈਟਸ ਨੂੰ ਰਵਾ ਕੀਤਾ ਗਿਆ ਹੈ ਤੇ ਯੂਨਾਈਟਿਡ ਸਟੇਟਸ ਦੇ ਡਿਪਲੋਮੈਟਸ ਤੇ ਈਜੀਪਟ ਦੇ ਡਿਪਲੋਮੈਟਸ ਪਹੁੰਚੇ ਹਨ ਕਿਸੇ ਨਾ ਕਿਸੇ ਤਰ੍ਹਾਂ ਦੀ ਡੀਐਸਕੇਲੇਸ਼ਨ ਕਿਸੇ ਨਾ ਕਿਸੇ ਤਰ੍ਹਾਂ ਦੀ ਰੈਜ਼ੋਲੂਸ਼ਨ ਦੇ ਵਿੱਚ ਹੈਲਪ ਕਰਨ ਲਈ ਬਟ ਬੈਂਜਾਮਿਨ ਨੈਤਨਿਆਹੁ ਜੋ ਕਿ ਇਜ਼ਰਾਈਲ ਦੇ temporery prime minister ਤੁਸੀਂ ਕਹਿ ਸਕਦੇ ਹੋ ਇਸ ਵੇਲੇ ਹੈਗੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਆਪਾਂ ਕਿਸੇ ਵੀ ਹੱਦ ਤੱਕ ਜਾਣਗੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਸੋ ਅਮ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕੈਸ਼ੁਐਲਟੀਆਂ ਹੋ ਚੁੱਕੀਆਂ ਹਨ ਅਮ ਸਿਵਿਲਿਅਨ ਕੈਸ਼ੁਐਲਟੀਆਂ ਬੱਚਿਆਂ ਦੀ ਬਜ਼ੁਰਗਾਂ ਦੀ ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵਾਇਲੈਂਸ ਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਤੇ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਅੱਜ ਦੀ ਡੇਟ ਦੇ چو بیکاز اس طرح دی چیز نو اگنور کر کے ہی ام اے چیز انی ودی ودی جاندی ہے سو یو نو ڈیفینیٹلی ਸਾਡੇ ਵੱਲੋਂ ਵੀ ਹੋਰ ਵਕ ਵਕ ਅਪਡੇਟਸ ਤੁਹਾਡੇ ਲੈ ਕੇ ਆਵਾਂਗੇ ਬਟ ਹੁਣ ਮੈਂ ਆ ਜਾਂਦੀ ਹੈ ਜੋ ਅੱਜ ਦਾ ਸਾਡਾ ਮੇਨ ਮੁੱਦਾ ਹੋਏਗਾ ਤੁਸੀਂ ਜਿਸ ਤਰ੍ਹਾਂ ਪਹਿਲੇ ਪ੍ਰੋਗਰਾਮ ਵਿੱਚ ਵੀ ਦੇਖਿਆ ਹੈ ਵੈਂਟੀਲੇਟਰਸ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ انڈیا ਦੇ ਵਿੱਚ ਇਸ ਤਰ੍ਹਾਂ ਸਰਕਾਰ ਪਾਵਿਓ ਕੇਂਦਰ ਸਰਕਾਰ ਹੋਵੇ ਜਾਂ ਸੂਬਿਆਂ ਦੀ ਸਰਕਾਰ ਹੋਵੇ ਕਿਸ ਤਰ੍ਹਾਂ ਉਹ ਵੈਂਟਿਲੇਟਰਸ ਨੂੰ ਲੈ ਕੇ ਇੱਕ ਤਰ੍ਹਾਂ ਦੀ ਪੋਲਿਟੀਕਲ ਖੇਡਾ ਖੇਡ ਰਹੇ ਹੈ ਰਾਈਟ ਬਟ ਵੈਂਟਿਲੇਟਰਸ ਇਹ ਲੋਕਾਂ ਦੀ ਜਾਨਾਂ ਦੀ ਸਵਾਲ ਦੀ ਗੱਲ ਹੈ ਯੂ نو ਇਹ ਕੋਈ ਗੇਮ ਨਹੀਂ ਹੈ ਪਾਵੇ ਉਹ ਪੋਲਿਟੀਕਲ ਗੇਨ ਲਈ ਹੋਏ ਪਾਵੇ ਉਹ ਤੂ ਤੂ ਮੈਮੇ ਲਏ ਹੋਏ ਸੋ ਇਹ ਸਾਰਾ ਮਸਲਾ ਕੀ ਹੈਗਾ ਇਹਦੇ ਬਾਰੇ ਗੱਲ ਕਰਾਂਗੇ ਪ੍ਰਾਈਮ ਮਿਨਿਸਟਰ ਮੋਦੀ ਦਾ ਪੀਐਮ ਕੇਅਰਸ ਫੰਡ ਉਹਦੀ ਗੱਲ ਕਰਾਂਗੇ ਤੇ ਲਾਸਟ ਪਰ ਨੋਟ ਲੀਸਟ ਇਹ ਜੋ ਸਾਰਾ ਕੋਵਿਡ ਦਾ ਮਾਮਲਾ ਹੈ ਤੇ ਕਿਸ ਤਰ੍ਹਾਂ ਇੰਡੀਆ ਇਸ ਕੋਵਿਡ ਦੇ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਕਿ ਉਹ ਚੀਜ਼ ਜਾ ਕੇ ਪ੍ਰਾਈਮ ਮਿਨਿਸਟਰ ਮੋਦੀ ਜਾਂ ਉਹਨਾਂ ਦੀ ਬੀਜੇਪੀ ਸਰਕਾਰ ਨੂੰ ਭਾਰੀ ਪਊਗੀ ਆਉਣ ਵਾਲੇ ਚੋਣਾਂ ਦੇ ਵਿੱਚ ਉਹਦੀ ਵੀ ਗੱਲ ਕਰਾਂਗੇ ਤੇ ਤੁਸੀਂ ਵੀ ਆਪਣੀ ਗੱਲ ਰੱਖ ਸਕਦੇ ਇੱਥੇ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਲਾਈਵ ਤੁਹਾਡੇ ਨਾਲ ਜੁੜੇ ਆ ਤੁਸੀਂ ਵੀ ਸਾਡੇ ਨਾਲ ਜੁੜੋ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ ਤੁਹਾਡੇ ਨਾਲ ਅੱਜ ਜੁੜੇ ਹਾਂ ਅੱਜ ਮੈਂ ਤੁਹਾਡੇ ਤੋਂ ਸੁੰਣਾ ਚਾਹੁੰਦੀ ਆ ਵਕਫ ਵਕ ਹੈਡਲਾਈਨਸ ਭਾਵੇਂ ਇਸ ਹਫਤੇ ਦੇ ਹੋਣ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੋ ਵਕਫ ਗੈਸਟ ਸਾਡੇ ਨਾਲ ਜੁੜੇ ਇਸ ਹਫਤੇ ਜਾਂ ਜੋ ਅੱਜ ਦੀ ਵੀ ਵੱਡੀ ਹੈਡਲਾਈਨਸ ਹੈਗੀਆਂ ਉਹਨਾਂ ਦੇ ਬਾਰੇ ਤੁਸੀਂ ਆਪਣੀ ਕੀ ਰਾਏ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰਕੇ ਸਾਡੇ ਨਾਲ ਜੁੜੋ ਲਾਈਨਸ ਓਪਨ ਹਨ ਕਮਿੰਗ ਬੈਕ ਟੂ ਜੋ ਅੱਜ ਦਾ ਮੁੱਦਾ ਹੈ ਆਫ ਕੋਰਸ ਅਪਾ ਯੂਐਸ ਸੇ ਦੀ ਵੱਡੀ ਹੈਡਲਾਈਨ ਸਾਡੇ ਨਾਲ ਸਾਂਝੀਆਂ ਕੀਤੀ ਇਸ ਵੇਲੇ ਬਾਕੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਖਾਸ ਕਰਕੇ ਮਿਡਲ ਈਸਟ ਦੇ ਵਿੱਚ ਜਿੱਥੇ ਸਾਰਿਆਂ ਦੀ ਨਜ਼ਰ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਹੱਦ ਤੱਕ ਹੈਗੀ ਕਿ ਕਿਸ ਤਰ੍ਹਾਂ ਉਹ ਐਸਕੇਲੇਟਿੰਗ ਵਾਇਲੈਂਸ ਤੇ ਜੋ ਟੈਂਸ਼ਨਸ ਹਨ ਕਨਫਲਿਕਟ ਹੈਗੀ ਅਟੈਕਸ ਹੈਗੇ ਇਜ਼ਰਾਈਲ ਤੇ ਪਾਲੈਸਟਾਈਨ ਦੇ ਵਿੱਚ ਉਹ ਕਿਸ ਤਰ੍ਹਾਂ ਰਿਜ਼ੋਲਵ ਹੋਣੇ ਚਾਹੀਦੇ ਹੋ ਤੇ ਸਾਡੀ ਨਜ਼ਰ ਹੈਗੀ ਬਟ ਆਮ ਲੈ ਦੇ ਕੇ ਸਾਡੀ ਗੱਲ ਹਮੇਸ਼ਾ ਇੰਡੀਆ ਤੇ ਪੰਜਾਬ ਤੇ ਆਂਦੀ ਆਂਦੀ ਤੇ ਅੱਜ ਵੱਡੀ ਨਿਊਜ਼ ਪੰਜਾਬ ਵਿੱਚੋਂ ਇਹ ਹੀ ਨਿਕਲ ਰਹੀ ਹੈ ਕਿ ਵੈਂਟੀਲੇਟਰਸ ਦਾ ਜੋ ਮਸਲਾ ਹੈਗਾ ਵੈਂਟੀਲੇਟਰਸ ਦਿੱਤੇ ਗਏ ਉਹ ਬੰਦ ਪਏ ਐ ਕਮਰੇ ਦੇ ਵਿੱਚ ਪਿਕਚਰਾਂ ਵਾਇਰਲ ਹੋ ਰਹੀਆਂ ਬਿਆਨ ਆ ਰਿਹਾ ਐ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਤੇ ਲੋਕਾਂ ਦੀ ਜਾਨ ਦੀ ਕੋਈ ਕਦਰ ਹੀ ਨਹੀਂ ਹੈਗੀ ਲੱਗਦਾ ਐ ਨਾ ਕੇਂਦਰ ਸਰਕਾਰ ਨੂੰ ਨਾ ਸੂਬਿਆਂ ਨੂੰ ਆ ਇਹ ਜੋ ਅੱਜ ਤੁਸੀਂ ਕੁਝ ਖਬਰਾਂ ਦੇਖੀਆਂ ਉਹ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਇੰਡੀਆ ਇਸ ਵੇਲੇ ਇਹ ਵੀ ਚੀਜ਼ ਮੰਨਣ ਨੂੰ ਤਿਆਰ ਨਹੀਂ ਐ ਕਿ ਉਹਨਾਂ ਦੇ ਵਿੱਚ ਕਮਿਊਨਿਟੀ ਸਪਰੈਡ ਹੋ ਰਿਹਾ ਸੋ ਇਸ ਚੀਜ਼ ਦੀ ਮੈਂ ਤੁਹਾਨੂੰ ਥੋੜੀ ਸਿਗਨੀਫਿਕੈਂਸ ਦੱਸਣਾ ਚਾਹੁੰਦੀ ਆ ਜਦੋਂ ਯੂਨਾਈਟਿਡ ਸਟੇਟਸ ਦੇ ਵਿੱਚ ਇਹ ਦਰਜਾ ਦਿੱਤਾ ਗਿਆ ਸੀ ਸਾਡੇ ਇਸ ਮਹਾਮਾਰੀ ਪਿਛਲੇ ਸਾਲ ਜਦੋਂ ਫੈਲ ਰਹੀ ਸੀ ਇਹ ਜੋ ਦਰਜਾ ਦਿੱਤਾ ਗਿਆ ਸੀ ਯੂਨਾਈਟਿਡ ਸਟੇਟਸ ਨੇ ਵੀ ਇਨੂੰ ਐਕਸੈਪਟ ਕੀਤਾ ਕਿ ਯੈਸ ਇਸ ਕੰਟਰੀ ਦੇ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਥੈਟ ਮੀਨਸ ਤੁਸੀਂ ਖੁੱਲੇ ਤੌਰ ਤੇ ਅਗਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਖੁੱਲੇ ਤੌਰ ਤੇ ਇਹ ਮਹਾਮਾਰੀ ਫੈਲ ਰਹੀ ਹੈ ਸੋ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਨੇ ਇਸ ਦਰਜੇ ਨੂੰ ਨਹੀਂ ਐਕਸੈਪਟ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਸਾਡੇ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੈ ਜਿੱਦਾਂ ਕੁੰਭ ਮੇਲੇ ਦੇ ਵਿੱਚ ਜਾਂ ਪੋਲਿਟੀਕਲ ਰੈਲੀਆਂ ਦੇ ਵਿੱਚ ਵੇਖਣ ਨੂੰ ਮਿਲੀ ਕਿ ਉਹ ਨਹੀਂ ਕੁਝ ਹੋ ਰਿਹਾ ਕਿ ਇੱਕ ਕਮਿਊਨਲ ਹੈਗੀ ਕਿ ਲੋਕਾਂ ਦੇ ਆਪਸ ਮਤਲਬ ਇੱਕ ਨਿੱਜੀ ਤੌਰ ਤੇ ਹੋ ਰਹੀ ਹੈ ਕਿ ਕੋਈ ਆਪਣੇ ਯੂ نو ਆਪਣੇ ਗਵੰਡੀ ਨੂੰ ਦੇ ਰਿਹਾ ਹੈ ਕੋਈ ਆਪਣੇ ਪਰਿਵਾਰ ਨੂੰ ਫੈਲਾ ਰਿਹਾ ਹੈ ਆਪਣੇ ਕੋ-ਵਰਕਰ ਨੂੰ ਦੇ ਰਿਹਾ ਬਟ ਇੱਕ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੈ ਏ ਇੰਡੀਆ ਨੇ ਕਿਹਾ ਸੋ ਇਹਦੇ ਕਰਕੇ ਕੁਝ ਸੇਫਟੀ ਪ੍ਰੋਟੋਕਾਲਸ ਜੋ ਇੰਡੀਆ ਨੂੰ ਅਪਣਾਉਣੇ ਚਾਹੀਦੇ ਉਹ ਉਹਨਾਂ ਨੂੰ ਹੁਣ ਨਹੀਂ ਅਪਣਾਣੇ ਪੈ ਰਹੇ ਬਿਕਾਜ਼ ਉਹਨਾਂ ਨੇ ਇਸ ਦਰਜੇ ਨੂੰ ਠੋਕਰ ਦਿੱਤੀ ਹੈ ਸੋ ਇਹ ਤਾਂ ਇੱਕ ਚੀਜ਼ ਹੈਗੀ ਬਟ ਐਟ தி ਐਂਡ ਆਫ ਦਿ ਡੇ ਜੋ ਸਥਿਤੀ ਬਣ ਰਹੀ ਹੈ ਇੰਡੀਆ ਦੇ ਵਿੱਚ ਭਾਵੇਂ ਉਹ ਵੈਕਸੀਨਸ ਨੂੰ ਲੈ ਕੇ ਹੋਏ ਵੈਂਟਿਲੇਟਰਸ ਨੂੰ ਲੈ ਕੇ ਹੋਏ ਇਹ ਚੀਜ਼ ਦਿਸ ਇਜ਼ ਫ্রম ਦਿ ਨਿਊਯਾਰਕ ਟਾਈਮਜ਼ ਇਹ ਤੁਸੀ ਹੈਡਲਾਈਨ ਦੇਖ ਰਹੇ ਹੋ ਮੇਨਸਟ੍ਰੀਮ ਮੀਡੀਆ ਹਲੇ ਤੱਕ ਇਹੀ ਕਹਿ ਰਹੀ ਹੈ ਕਿ ਇੰਡੀਆ ਡੈਸਪਰੇਟ ਹੈ ਵੈਕਸੀਨਸ ਲਈ ਡੈਸਪਰੇਟ ਹੈ ਮੰਗ ਰਹੇ ਹੈ ਭੀਖ ਮੰਗ ਰਹੇ ਰਹੇ ਆ ਵੈਕਸੀਨਸ ਲਈ ਇੰਡੀਆ ਜੋ ਆਪਣੇ ਆਪ ਨੂੰ ਇੱਕ ਟਾਈਮ ਤੇ ਫਾਰਮੇਸੀ ਆਫ ਦਾ ਵਰਲਡ ਕਹਿੰਦਾ ਸੀ ਸਿਰਮ ਇੰਸਟੀਚਿਊਟ ਦੁਨੀਆ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਪਲਾਂਟ ਹੈਗਾ ਫਾਰਮੇਸੀ ਲਈ ਵੈਕਸੀਨਸ ਲਈ ਉਹ ਹੀ ਇੰਡੀਆ ਅੱਜ ਡੈਸਪਰੇਟ ਹੈਗਾ ਵੈਕਸੀਨਸ ਲਈ um so regional leaders ਆਪਣੇ ਆਪ ਨੂੰ ਕਿਸ ਤਰ੍ਹਾਂ ਸਪਲਾਈਜ਼ ਲਈ ਰੀਸ਼ਫਲ ਕਰੇ ਰੀਜਨਲ ਲੀਡਰਸ ਲਾਈਕ ਸੂਬਿਆਂ ਦੇ ਲੀਡਰਸ ਚੀਫ ਮਿਨਿਸਟਰਸ um ਵੱਖ-ਵੱਖ ਲੋਅਰ ਲੈਵਲ ਪੋਲੀਟੀਸ਼ੀਅਨਸ ਕਿਸ ਤਰ੍ਹਾਂ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਦੇ ਹਿੱਸਿਆਂ ਦੀ ਵੈਕਸੀਨਸ ਤਾਂ ਉਹਨਾਂ ਨੂੰ ਮਿਲਣ ਬਟ ਇਹ ਸਾਰੇ ਚੀਜ਼ਾਂ ਨੂੰ ਲੈ ਕੇ ਜਦੋਂ ਪੰਜਾਬ ਤੱਕ ਗੱਲ ਆਉਂਦੀ ਹੈ ਤੇ ਵੈਂਟਿਲੇਟਰਸ ਤੇ ਆ ਕੇ ਸੱਡੀ ਕਾਲ ਇੱਕ ਬਾਰੀ ਫਿਰ ਰੁਕ ਜਾਂਦੀ ਹੈ ਬਿਕਾਜ਼ ਅੱਜ ਦੋ ਤਿੰਨ ਖਬਰਾਂ ਇਹ ਲਿਕ ਲੀਆਂ ਕਿ ਪੰਜਾਬ ਦੇ ਵਿੱਚ ਵੈਂਟਿਲੇਟਰਸ ਦਿੱਤੇ ਗਏ ਕੇਂਦਰ ਨੇ ਪੰਜਾਬ ਨੂੰ ਵੈਂਟਿਲੇਟਰ ਦਿੱਤੇ ਵਰਕ ਵਰਕ ਸੰਸਥਾਵਾਂ ਨੇ ਵੈਂਟਿਲੇਟਰਸ ਦਿੱਤੇ ਐਮ ਐਨ ਜੀਓਜ਼ ਇੰਡੀਵਿਜੂਅਲਸ ਪ੍ਰਾਈਵੇਟ ਐਂਟੀਟੀਆਂ ਤੇ ਉਹ ਵੈਂਟਿਲੇਟਰਸ ਬੰਦ ਪਏ ਉਹ ਯੂਜ਼ ਕਿਉਂ ਨਹੀਂ ਹੋ ਰਹੇ ਤੇ ਜੋ ਸਟੇਟ ਗਵਰਨਮੈਂਟ ਹੈਗੀ ਵੱਖ-ਵੱਖ ਉਹਨਾਂ ਦੇ ਅਹੁਦਿਆਂ ਨੇ ਇਹੀ ਕਿਹਾ ਕਿ ਇਹ ਵੈਂਟੀਲੇਟਰਸ ਦਾ ਖਰਾਬ ਹੈ ਕਿ ਇਹ ਤਾਂ ਕੰਮ ਹੀ ਨਹੀਂ ਕਰਦੇ ਤੇ ਇਹ ਬੈਕ ਐਂਡ ਫੋਰਥ ਚੱਲ ਰਿਹਾ ਹੈ ਕੇਂਦਰ ਨੇ ਕਿਹਾ ਕਿ ਨਹੀਂ ਆਪਾਂ ਤਾਂ ਸਹੀ ਤੁਹਾਨੂੰ ਵੈਂਟਿਲੇਟਰ ਦਿੱਤੇ ਸੀ ਤੁਸੀਂ ਉਹਨਾਂ ਨੂੰ ਰਿਪੇਅਰ ਕਰਾ ਲਓ ਤੇ ਦੂਜੇ ਪਾਸੇ ਇਹ ਸਰਨ ਨੂੰ ਮਿਲ ਰਿਹਾ ਕਿ ਤੁਸੀਂ ਬ੍ਰੈਂਡ ਨਿਊ ਚੀਜ਼ ਨੂੰ ਰਿਪੇਅਰ ਤੁਹਾਨੂੰ ਕਰਾਉਂਦੇ ਕੀ ਲੋਡ ਹੈਗੀ ਕਿ ਅਗਰ ਤੁਸੀਂ ਕੋਈ ਚੀਜ਼ ਬ੍ਰੈਂਡ ਨਿਊ ਲੈ ਰਹੇ ਹੋ ਤੇ ਉਹ ਤਾਂ ਵਰਕਿੰਗ ਕੰਡੀਸ਼ਨ ਵਿੱਚ ਹੋਣੀ ਚਾਹੀਦੀ ਹੈ ਇਨ ਐਨੀ ਕੇਸ ਤੁਸੀਂ ਕਿਸੇ ਵੀ ਪਾਸੇ ਇਸ ਚੀਜ਼ ਨੂੰ ਲੈ ਲਓ ਐਟ தி ਐਂਡ ਆਫ ਦਿ ਡੇ ਜੋ ਵੈਂਟਿਲੇਟਰ ਅਜ ਦੀ ਡੇਟ ਦੇ ਵਿੱਚ ਕ੍ਰਿਟੀਕਲ ਹਨ ਉਹ ਨਾ ਅਵੇਲੇਬਲ ਹੈਗੇ ਨਾ ਉਹ ਵਰਕਿੰਗ ਕੰਡੀਸ਼ਨ ਵਿੱਚ ਹੈਗੇ ਤੇ ਸਰਕਾਰ ਦੇ ਵਿੱਚ ਇੱਕ ਵਾਰੀ ਫਿਰ ਰਾਜਨੀਤੀ ਦੀ ਖੇਡ ਵੇਖਣ ਨੂੰ ਮਿਲ ਰਹੀ ਹੈ ਭਾਵੇਂ ਸੁਖਬੀਰ ਬਾਦਲ ਵਰਸਸ ਕੈਪਟਨ ਹੋਏ ਕੈਪਟਨ ਵਰਸਸ ਕੇਂਦਰ ਸਰਕਾਰ ਹੋਏ ਐਂਡ ਕੇਂਦਰ ਸਰਕਾਰ ਦਾ ਪੀਐਮ ਫੰਡ ਇਹ ਸਾਰੀ ਚੀਜ਼ਾਂ ਮਤਲਬ ਇੱਕ ਕਿਸਮ ਦੀ ਯੂ ਨੋ ਜਿਹੜਾ ਕਹਿੰਦੇ ਨਾ ਪੈਸਿੰਗ ਦਾ ਬੱਕ ਫੋਰਵਰਡ ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈਗੀ ਕਿ ਮੇਰੀ ਗਲਤੀ ਨਹੀਂ ਉਹਦੀ ਗਲਤੀ ਹੈ ਤੇ ਉਹਨੂੰ ਜਦੋਂ ਤੁਸੀਂ ਜਾ ਕੇ ਪੁੱਛਦੇ ਹੋ ਕਹਿੰਦਾ ਨਹੀਂ ਮੇਰੀ ਗਲਤੀ ਨਹੀਂ ਉਹਦੀ ਗਲਤੀ ਹੈ ਇਸ ਤਰ੍ਹਾਂ ਦੀ ਗੇਮ ਚੱਲ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਆਮ ਸੋ ਵਾਂਸ ਅਗੇਨ ਯੂ ਨੋ ਸਾਨੂੰ ਤਾਂ ਸਿਰਫ ਇਹੀ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਜਦੋਂ ਵੀ ਤੁਸੀਂ ਕੋਈ ਲੀਡਰ ਨੂੰ ਚੁੰਨਦੇ ਹੋ ਕਿ ਇਹੋ ਜੀ ਕੋਈ ਕ੍ਰਾਈਸਿਸ ਆਏ ਤੇ ਲੀਡਰਸ ਨਾ ਕਿ ਆਪਣੇ ਕੰਦਿਆਂ ਤੋਂ ਉਸ ਰਿਸਪੌਂਸਿਬਿਲਟੀ ਨੂੰ ਕਿਸੇ ਹੋਰ ਦੀ ਪਲੇਟ ਤੇ ਪਾਉਣ ਦੀ بجائے ਇਹ ਕਹਿਣ ਕਿ ਦੇਖੋ ਉਹਨੇ ਇਹ ਸਥਿਤੀ ਬਣ ਗਈ ਹੈ ਇਹਨੂੰ ਆਪਾਂ ਰਿਜ਼ੋਲਵ ਕਿਸ ਤਰ੍ਹਾਂ ਕਰਨਾ ਹੈ ਪੰਜਾਬ ਦੇ ਵਿੱਚ ਸਾਡੀ ਹਲੇ ਤੱਕ ਉਡੀਕ ਹੈ ਕਿ ਕਦੋਂ ਇਹ ਚੀਜ਼ ਦੀ ਰਿਸਪੌਂਸਿਬਿਲਟੀ ਲਈਤੀ ਜਾਏਗੀ ਤੇ ਇਹਨੂੰ ਰਿਜ਼ੋਲਵ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ ਬਟ ਵੈਂਟੀਲੇਟਰਸ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਇਹ ਨਿਕਲ ਰਹੀ ਹੈ ਕਿ ਕੁਝ ਕੰਪਨੀਆਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਬਿਡਸ ਦਿੱਤੀਆਂ ਕੰਟਰੈਕਟਸ ਦਿੱਤੇ ਵੈਂਟੀਲੇਟਰਸ ਨੂੰ ਲੈ ਕੇ ਉਹ ਕੰਪਨੀਆਂ ਹੀ ਕਰਪਟ ਸੀਗੀਆਂ ਉਹ ਕੰਪਨੀਆਂ ਨਾ ਕਿ ਕਰਪਟ ਸੀਗੀਆਂ ਬਟ ਉਹਨਾਂ ਨੇ ਆਮ ਫਾਲਟੀ ਵੈਂਟੀਲੇਟਰਸ ਉਹਨਾਂ ਨੇ ਖਰਾਬ ਵੈਂਟੀਲੇਟਰਸ ਬਣਾਏ ਤੇ ਜਾਨ ਬੂਝ ਕੇ ਡਿਸਟ੍ਰੀਬਿਊਟ ਕੀਤੇ ਆਪਣੇ ਪੈਸੇ ਬਚਾਣ ਲਈ ਆਮ ਸੋ ਇੱਕ ਬਾਰ ਹੀ ਫਿਰ ਇਸ ਤਰ੍ਹਾਂ ਦੀ ਕਰਪਸ਼ਨ ਆਮ ਕੋਈ ਨਵੀਂ ਚੀਜ਼ ਨਹੀਂ ਆ ਇੰਡੀਆ ਦੇ ਵਿੱਚ ਬਟ ਯੂ نو ਇੱਥੇ ਪ੍ਰੋਬਲਮ ਇਹ ਦੋ ਪੱਖ ਮੇਨ ਇਸ ਪ੍ਰੋਬਲਮ ਦੇ ਵਿੱਚ ਦਿਖਦੇ ਆ ਸਾਨੂੰ ਇੱਕ ਤਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਪੈ ਰਹੀ ਹੈ ਤੁਹਾਡੇ ਕੋਲ ਅਵੇਲੇਬਿਲਿਟੀ ਨਹੀਂ ਹੈ ਭਾਵੇਂ ਉਹ ਵੈਕਸੀਨਸ ਹੋਣ ਭਾਵੇਂ ਉਹ ਵੈਂਟੀਲੇਟਰਸ ਹੋਣ ਤੁਹਾਡੇ ਕੋਲ ਇਨਫਸ ਸਪਲਾਈ ਨਹੀਂ ਹੈ ਇੰਡੀਆ ਦੇ ਵਿੱਚ ਇਸ ਵੇਲੇ ਉਹ ਜੋ ਕਮੀ ਵਾਲੀ ਪ੍ਰੋਬਲਮ ਹੈ ਯੈਸ ਉਹ ਹੈਗੀ ਬਟ ਉਸ ਚੀਜ਼ ਨੂੰ ਪੂਰੀ ਦੁਨੀਆ ਰਲ ਕੇ ਅਡਰੈਸ ਕਰ ਰਹੀ ਹੈ ਵੱਖ-ਵੱਖ ਮੁਲਕਾਂ ਨੇ ਇੰਡੀਆ ਨੂੰ ਡੋਨੇਸ਼ਨਸ ਦਿੱਤੀਆਂ ਪਾਵੇ ਉਹ ਪੈਸੇ ਦੀ ਹੋਣ ਐਨ ਜੀਓਜ਼ ਨੂੰ ਦਿੱਤੀਆਂ ਹੋਣ ਉਹਨਾਂ ਨੇ ਡੋਨੇਸ਼ਨਸ ਪਾਵੇ ਉਹ ਸਪਲਾਈਜ਼ ਦੀ ਹੋਣ ਵੈਂਟੀਲੇਟਰਸ ਵੈਕਸੀਨਸ ਵੈਕਸੀਨ ਮਟੀਰੀਅਲਸ ਯੂਨਾਈਟਿਡ ਸਟੇਟਸ ਨੇ ਆਪਣਾ ਸਟੈਂਸ ਤੱਕ ਮੋੜ ਲਿਆ ਕਿ ਅਪਾ ਪਹਿਲੇ ਮੈਨੂਫੈਕਚਰਿੰਗ ਵੈਕਸੀਨ ਦੀ ਸਪਲਾਈਜ਼ ਨਹੀਂ ਦੇਣੀ ਉਹ ਵੀ ਉਹ ਹੁਣ ਦੇ ਰਹੇ ਫਿਰ ਉਹਨਾਂ ਨੇ ਆਪਣਾ ਸਟੈਂਸ ਮੋੜ ਲਿਆ ਕਿ ਅਪਾ ਆਪਾਂ ਵੈਕਸੀਨ ਦਾ ਫਾਰਮੂਲਾ ਰੈਸਪੀ ਨਹੀਂ ਸ਼ੇਅਰ ਕਰਨੀ ਉਹ ਵੀ ਹੁਣ ਅਵੇਲੇਬਲ ਹੋਏਗੀ ਇੰਡੀਆ ਲਈ ਵੈਕਸੀਨਸ ਤੱਕ ਦਿੱਤੀਆਂ ਗਈ ਐਸਟਰਾਜ਼ੈਨੇਕਾ ਜਿਹਦੀ 300 ਮਿਲੀਅਨ ਐਕਸਟਰਾ ਡੋਸੇਸ ਯੂਨਾਈਟਿਡ ਸਟੇਟਸ ਕੋਲ ਹੈਗੀਆਂ ਐਸਟਰਾਜ਼ੈਨੇਕਾ ਵੈਕਸੀਨ ਇਸ ਕੰਟਰੀ ਦੇ ਵਿੱਚ ਇਸ ਕੰਟਰੀ ਦੇ ਸਿਟੀਜ਼ਨਸ ਨੂੰ ਨਹੀਂ ਦਿੱਤੀ ਜਾ ਰਹੀ ਉਸ ਐਕਸਟਰਾ ਸਪਲਾਈ ਵਿੱਚੋਂ ਲਗਭਗ 60 ਮਿਲੀਅਨ ਇੰਡੀਆ ਨੂੰ ਜਾਣ ਗਈਆਂ ਉਹ ਵੀ ਯੂਨਾਈਟਿਡ ਸਟੇਟਸ ਦਿੱਤੀਆਂ ਮੈਂ ਤਾਂ ਸਿਰਫ ਇਸ ਕੰਟਰੀ ਦੀ ਗੱਲ ਕਰ ਰਹੀ ਹਾਂ ਜੋ ਹੋਰ ਵਕ-ਵਕ ਮੁਲਕਾਂ ਨੇ ਆਪਣੇ ਵੱਲੋਂ ਡੋਨੇਸ਼ਨਸ ਦਿੱਤੀਆਂ ਸਪਲਾਈਜ਼ ਦੀ ਮਨੀ ਦੀ ਏਕੁਪਮੈਂਟ ਦੀ ਯੂ نو ਇੰਟੈਲੈਕਚੁਅਲ ਪ੍ਰੋਪਰਟੀ ਦੀ ਯੂ نو ਯੈਸ ਇੰਡੀਆ ਦੇ ਵਿੱਚ ਘਾਟ ਪੈ ਰਹੀ ਹੈ ਬਟ ਉਸ ਕਮੀ ਨੂੰ ਵਕ-ਵਕ ਇੰਡੀਵਿਜੂਅਲ ਸਰਕਾਰਾਂ ਇੰਟਰਨੈਸ਼ਨਲ ਐਕਟਰਸ ਉਸ ਕਮੀ ਨੂੰ ਪੂਰਾ ਕਰ ਰਿਹਾ ਹੈ ਸੋ ਦੂਜੇ ਪਾਸੇ ਇਸ ਪ੍ਰੋਬਲਮ ਦਾ ਜੋ ਵੱਡਾ ਪੱਖ ਜੋ ਅਨਫੋਰਚੂਨੇਟ ਸਭ ਤੋਂ ਮੈਂ ਕਹਾਂਗੀ ਮਾੜੀ ਚੀਜ਼ ਹੈਗੀ ਇਸ ਪ੍ਰੋਬਲਮ ਦੀ ਉਹ ਹੈਗੀ ਕਿ ਜਦੋਂ ਤੁਹਾਡੇ ਕੋਲ ਅਵੇਲੇਬਿਲਿਟੀ ਆ ਗਈ ਤੇ ਤੁਸੀਂ ਉਹਨੂੰ ਡਿਸਟ੍ਰਿਬਿਊਟ ਤੁਸੀਂ ਉਹਨੂੰ ਮੈਨੇਜ ਕਿਸ ਤਰ੍ਹਾਂ ਕਰ ਰਹੇ ਹੋ ਇਸ ਚੀਜ਼ ਦੇ ਲਈ ਕੋਈ ਹੱਲ ਐਮ ਐਕਸਟਰਨਲੀ ਨਹੀਂ ਆ ਸਕਦਾ ਕੋਈ ਬਾਹਰ ਦਾ ਮੁਲਕ ਇਹ ਨਹੀਂ ਆ ਕੇ ਕਹਿ ਸਕਦਾ ਇੰਡੀਆ ਨੂੰ ਕਿ ਮੈਂ ਤੁਹਾਡੀ ਮਦਦ ਕਰਾਂਗਾ ਇਨ ਵੈਕਸੀਨਸ ਨੂੰ ਡਿਸਟ੍ਰੀਬਿਊਟ ਕਰਾਉਣ ਲਈ ਜਾਂ ਇਨ ਵੈਂਟਿਲੇਟਰਸ ਨੂੰ ਯੂਜ਼ ਕਰਨ ਲਈ ਜਾਂ ਇਹ ਜੋ ਫੰਡਸ ਆਏ ਹੈ ਤੁਹਾਨੂੰ ਉਹਨਾਂ ਨੂੰ ਤੁਸੀਂ ਕਿਸ ਪਾਸੇ ਲਗਾ ਰਹੇ ਹੋ ਉਸ ਚੀਜ਼ ਦੇ ਵਿੱਚ ਮੈਂ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਸੋ ਜਿੱਥੇ ਅਵੇਲੇਬਿਲਟੀ ਦੀ ਪ੍ਰੋਬਲਮ ਸੋਲਵ ਹੋ ਗਈ ਹੈ ਜੋ ਦੂਜਾ ਸਭ ਤੋਂ ਵੱਡਾ ਸਵਾਲ ਇੱਥੇ ਉੱਠਦਾ ਹੈ ਕਿ ਇਸ ਸਪਲਾਈ ਇਸ ਮਨੀ ਇਸ ਇੰਟੈਲੈਕਚੁਅਲ ਪ੍ਰੋਪਰਟੀ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾ ਰਿਹਾ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਬਿਕੋਜ਼ ਐਟ ਦੀ ਐਂਡ ਆਫ ਦਿ ਡੇ ਜੋ ਆਮ ਆਦਮੀ ਹੈਗਾ ਜੋ ਪopulation ਹੈ ਇੰਡੀਆ ਦੀ ਖਾਸ ਕਰਕੇ ਜੋ ਗਰੀਬ ਪopulation ਹੈ ਯੂ نو ਤੁਸੀਂ ਆਪਣੇ ਸੈਲਿਬ੍ਰਿਟੀਆਂ ਆਪਣੇ ਐਮਐਲਏਜ਼ ਨੂੰ ਛੱਡ ਕੇ ਅਗਰ ਦੇਖੋ ਮਿਡਲ ਕਲਾਸ ਦੇ ਥੱਲੇ ਵਾਲੇ ਜੋ ਲੋਕੀ ਹਨ ਉਹਨਾਂ ਦੀ ਕੀ ਸਥਿਤੀ ਹੈ ਉਹਨਾਂ ਤੱਕ ਨਾ ਵੈਕਸੀਨ ਠੀਕ ਤਰ੍ਹਾਂ ਪਹੁੰਚ ਰਹੀ ਹੈ ਨਾ ਉਹਨਾਂ ਦੀ ਕੋਈ ਹਸਪਤਾਲ ਹਸਪਤਾਲ ਦੇ ਵਿੱਚ ਠੀਕ ਤਰ੍ਹਾਂ ਕੇਅਰ ਹੋ ਰਹੀ ਹੈ ਯੂ نو ਇੱਕ ਹੋਰ ਪਿਕਚਰ ਵਾਇਰਲ ਹੋਈ ਸੀ ਅਸ਼ਾ ਤੁਸੀ अर्लियर प्रोग्राम्स ਵਿੱਚ ਵੇਖਿਆ ਹੋਣਾ ਇੱਕ ਹਸਪਤਾਲ ਦੇ ਵਿੱਚ ਇੱਕ ਲਾਸ਼ ਬੈੱਡ ਤੇ ਪਈ ਹੋਈ ਹੈ ਤੇ ਜੋ ਜ਼ਿੰਦਾ ਬੰਦਾ ਹੈ ਉਹ ਫਲੋਰ ਤੇ ਫਰਸ਼ ਤੇ ਲੇਟ ਕੇ ਆਕਸੀਜਨ ਲੈ ਰਿਹਾ ਹੈ ਇਹ ਤਾਂ ਸਥਿਤੀ ਹੈਗੀ ਇੰਡੀਆ ਦੇ ਹਸਪਤਾਲਾਂ ਦੀ ਰਾਈਟ ਸੋ ਕੀ ਹੋ ਸਕਦਾ ਹੈ ਇੱਥੇ ਤੁਹਾਡੇ ਖਿਆਲ ਚ ਮੈਂ ਤੁਹਾਡੇ ਤੋਂ ਹੁਣ ਪੁੱਛ ਰਹੀ ਆ ਯੂ نو ਜੋ ਸਾਡੇ ਵਿਊਅਰਸ ਕਾਸਕਿਟ ਜੋ ਸਾਨੂੰ ਵੇਖ ਰਿਹਾ ਜਿਨ੍ਹਾਂ ਨੂੰ ਯੂ نو ਇਨ ਚੀਜ਼ਾਂ ਬਾਰੇ ਜਾਣਕਾਰੀ ਹੈਗੀ ਤੁਹਾਨੂੰ ਕੀ ਲੱਗਦਾ ਕਿ ਇਹ ਜੋ ਪ੍ਰੋਬਲਮ ਹੈ ਇਹਦਾ ਜੋ ਦੂਜਾ ਪਾਸਾ ਹੈ ਡਿਸਟ੍ਰਿਬਿਊਸ਼ਨ ਦਾ ਮੈਨੇਜਮੈਂਟ ਦਾ ਉਹ ਕਿਸ ਤਰ੍ਹਾਂ ਰਿਜ਼ੋਲਵ ਹੋ ਸਕਦਾ ਹੈ ਇਹ ਲੰਬੇ ਸਮੇਂ ਦੇ ਵਿੱਚ ਨਹੀਂ ਸਾਨੂੰ ਅੱਜ ਦੀ ਡੇਟ ਦੇ ਵਿੱਚ ਇਹਦਾ ਰੈਜ਼ੋਲੂਸ਼ਨ ਚਾਹੀਦਾ ਹੈ ਲੋਕਾਂ ਦੀ ਜਾਨ ਅੱਜ ਜਾ ਰਹੀ ਹੈ ਅਮ ਸੋ ਇਸ ਚੀਜ਼ ਨੂੰ ਲੈ ਕੇ ਆਫਕੋਰਸ ਨੈਕਸਟ ਵੱਡਾ ਕੁਐਸਚਨ ਉੱਠਦਾ ਹੈ ਪੀਐਮ ਕੇਅਰਸ ਫੰਡ ਦਾ ਉਹਦੇ ਬਾਰੇ ਵੀ ਮੈਂ ਕੁਝ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੀ ਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਕਿੰਨਾ ਜਮ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक द बालक ਬਈ ਫਿਰ ਸਾਈਡ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅਜਮੁਦ ਦਾ ਲਾਈਵ ਤੌਰ ਨਾਲ ਜੁੜੇ ਆ ਤੇ ਗੱਲ ਹੋ ਰਹੀ ਹੈ ਕਿ ਇੰਡੀਆ ਦੇ ਵਿੱਚ ਜੋ ਵੱਡੀ ਕੋਵਿਡ ਦੀ ਕ੍ਰਾਈਸਿਸ ਸੀਗੀ ਉਸ ਤੋਂ ਹੋਰ ਵੱਡੀ ਕੰਟਰੀ ਦੀ ਮਿਸ ਮੈਨੇਜਮੈਂਟ ਦੀ ਗੱਲ ਹੋ ਰਹੀ ਹੈ ਕਿ ਇੱਕ ਪਾਸੇ ਤਾਂ ਮਹਾਮਾਰੀ ਸੀਗੀ ਸੀਗੀ ਤੇ ਉਸ ਮਹਾਮਾਰੀ ਨੂੰ ਮੈਨੇਜ ਕਰਨ ਲਈ ਜਿੱਥੇ ਪੂਰੀ ਦੁਨੀਆ ਨੇ ਇਸ ਵੇਲੇ ਹੈਲਪ ਕੀਤੀ ਹੋਈ ਹੈ ਇੰਡੀਆ ਦੀ ਇੰਡੀਆ ਤੋਂ ਆਪ ਦੀ ਹੈਲਪ ਨਹੀਂ ਹੋ ਰਹੀ ਬਹੁਤ ਦੁਖਵਾਰੀ ਮੈਂ ਕਵਾਂਗੀ ਘਟਨਾ ਹੈਗੀ ਇਹ ਕਿ ਇੰਡੀਆ ਦੇ ਵਿੱਚ ਅਵੇਲੇਬਿਲਿਟੀ ਪਹਿਲੇ ਨਹੀਂ ਸੀਗੀ ਕਮੀ ਪੈ ਰਹੀ ਸੀ ਪਮਿਓ ਵੈਕਸੀਨਸ ਹੋਣ ਵੈਂਟੀਲੇਟਰਸ ਹੋਣ ਵੈਕਸੀਨ ਨੂੰ ਬਣਾਉਣ ਲਈ ਸਪਲਾਈਜ਼ ਹੋਣ ਵੈਕਸੀਨ ਦੀ ਰੈਸিপি ਤੁਸੀਂ ਕਹਿ ਲਓ ਉਹਦੀ ਕਮੀ ਪੈ ਰਹੀ ਸੀ ਉਹ ਸਾਰੀ ਚੀਜ਼ਾਂ ਹੁਣ ਦੁਨੀਆ ਦੇ ਵੱਖ-ਵੱਖ ਮੁਲਕਾਂ ਨੇ ਨਾਨ ਪ੍ਰੋਫਿਟ ਸੰਸਥਾਵਾਂ ਨੇ ਚੈਰਿਟੀ ਗਰੁੱਪਸ ਨੇ ਇੰਡੀਵਿਜੂਅਲਸ ਨੇ ਆਪਣੇ ਵੱਲੋਂ ਉਸ ਚੀਜ਼ ਵਿੱਚ ਆਪਣਾ ਹਿੱਸਾ ਪਾਇਆ ਹੈ ਤਾਂ ਕਿ ਕੁਝ ਨਾ ਕੁਝ ਬਣੇ ਇੰਡੀਆ ਦੇ ਲੋਕਾਂ ਦਾ ਬਟ ਇੰਡੀਆ ਦੇ ਵਿੱਚ ਜੋ ਲੀਡਰਸ ਹਨ ਉਹਨਾਂ ਤੋਂ ਲੱਗਦਾ ਹੈ ਇੰਨੀ ਅਵੇਲੇਬਿਲਟੀ ਇੰਨੀ ਹੈਲਪ ਮਿਲਣ ਤੋਂ ਬਾਅਦ ਵੀ ਇਸ ਹੈਲਪ ਨੂੰ ਠੀਕ ਤਰ੍ਹਾਂ ਮੈਨੇਜ ਨਹੀਂ ਕੀਤਾ ਜਾ ਰਿਹਾ ਆ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪੰਜਾਬ ਦੇ ਵਿੱਚ ਵੈਂਟੀਲੇਟਰਸ ਦੀ ਕੀ ਇਸ ਵਿਲੇ ਸਟੇਟ ਬਣੀ ਹੋਈ ਹੈ ਕਿ ਬੰਦ ਵੈਂਟੀਲੇਟਰ ਡੱਬਿਆਂ ਚ ਪਏ ਐ ਇੱਕ ਪਾਸੇ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਉਹ ਵੈਂਟੀਲੇਟਰ ਤਾਂ ਕੰਮ ਹੀ ਨਹੀਂ ਕਰਦੇ ਕਿ ਕੇਂਦਰ ਸਰਕਾਰ ਦੇ ਪੀਐਮ ਕੇਅਰਸ ਫੰਡ ਵਿੱਚੋਂ ਦਿੱਤੇ ਗਏ ਵੈਂਟੀਲੇਟਰ ਪੰਜਾਬ ਨੂੰ ਉਹਨਾਂ ਦੇ ਵਿੱਚੋਂ 90% ਕੰਮ ਨਹੀਂ ਕਰਦੇ ਅ ਸੂਬਿਆਂ ਵਾਲੋਂ ਇਹ ਸੁਣਨ ਨੂੰ ਮਿਲ ਰਿਹਾ ਕਿ ਇਹ ਤਾਂ ਵੈਂਟੀਲੇਟਰ ਕੰਮ ਹੀ ਨਹੀਂ ਕਰਦੇ ਕਿ ਸਾਨੂੰ ਅ ਖਰਾਬ ਇਕੁਪਮੈਂਟ ਦਿੱਤਾ ਗਿਆ ਤੇ ਦੂਜੇ ਪਾਸੇ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਨਹੀਂ ਤੁਸੀਂ ਇਹਨਾਂ ਨੂੰ ਫਿਕਸ ਕਰਾ ਲਓ ਨਾ ਰਿਪੇਅਰ ਕਰਾ ਲਓ ਇੰਨੀ ਕੀ ਵੱਡੀ ਕੀ ਗੱਲ ਹੈ ਅ ਬਟ ਆਫਕੋਰਸ ਸਵਾਲ ਤਾਂ ਇਹੀ ਉੱਠਦਾ ਹੈ ਕਿ ਅਗਰ ਤੁਸੀਂ ਕਿਸੇ ਨੂੰ ਕੋਈ ਬ੍ਰਾਂਡ ਨਿਊ ਨਵੀਂ ਚੀਜ਼ ਦੇ ਰਹੇ ਹੋ ਤੇ ਉਹ ਕੰਮ ਨਹੀਂ ਕਰਦੀ ਤੇ ਬਾਅਦ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਇਹਨੂੰ ਰਿਪੇਅਰ ਕਰਾ ਲਓ ਅ ਇਹ ਕੋਈ ਗੱਡੀ ਤਾਂ ਹੈਗੀ ਨਹੀਂ ਹਨ ਆਏ ਵੈਂਟੀਲੇਟਰਸ ਹਨ ਲੋਕਾਂ ਦੀ ਜਿਹਦਾ ਕਹਿੰਦੇ ਨਾ ਜਿੰਦਗੀ ਲਾਈਨ ਤੇ ਹੈ ਇਸ ਵੇਲੇ ਤੇ ਇਹ ਬੈਕ ਐਂਡ ਫੋਰਸ ਨੂੰ ਮਿਲ ਰਿਹਾ ਹੈ ਬਟ ਇਨ ਐਨੀ ਕੇਸ ਜਿੱਥੇ ਪੀਐਮ ਕੇਅਰਸ ਫੰਡ ਦੀ ਗੱਲ ਆਉਂਦੀ ਹੈ ਆਮ ਕਾਫੀ ਇੰਟਰਸਟਿੰਗ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ ਆਮ ਇਹ ਮੈਂ ਕਵਾਂਗੀ ਬਹੁਤ ਰੇਅਰ ਅਕਰੈਂਸ ਹੈ ਕਿ ਕਿਸੇ ਪ੍ਰਧਾਨ ਮੰਤਰੀ ਨੇ ਇੱਕ ਕਿਸਮ ਦੀ ਚੈਰੀਟੀ ਸ਼ੁਰੂ ਕੀਤੀ ਹੋਏ ਅ ਤੇ ਉਹ ਡੋਨੇਸ਼ਨਸ ਮੰਗਣ ਲੋਕਾਂ ਤੋਂ ਦੁਨੀਆ ਭਰ ਦੇ ਸਰਕਾਰਾਂ ਤੋਂ ਨਾਨ-ਪ੍ਰੋਫਿਟਸ ਤੋਂ ਆਪਣੇ ਇਸ ਫੰਡ ਲਈ ਅਮ ਚਲੋ ਮੰਨ ਲੈਂਦੇ ਆ ਕਿ ਮੰਗ ਵੀ ਰਿਹਾ ਹੈ ਕੋਵਿਡ ਨੂੰ ਯੂ نو ਕੋਵਿਡ ਦੇ ਖਿਲਾਫ ਲੜਨ ਲਈ ਐਡੀਸ਼ਨਲ ਹੈਲਪ ਦੀ ਲੋੜ ਹੈਗੀ ਤੇ ਪੀਐਮ ਕੇਅਰਸ ਫੰਡ ਬਣਾਇਆ ਗਿਆ ਹੈ ਬਟ ਇਹਦੇ ਜੋ ਤੁਸੀਂ ਕਹਿ ਲਓ ਜੋ ਫੰਡਸ ਹੈਗੇ ਉਹ ਇਸਤੇਮਾਲ ਕਿੱਥੇ ਹੋ ਰਿਹਾ ਹੈ ਪਾਵੇਂ ਉਹ ਜੋ ਇਹ ਸੈਂਟਰਲ ਵਿਸਟਾ ਕੰਸਟਰਕਸ਼ਨ ਹੈ ਉਸ ਜੀਜ਼ ਨੂੰ ਲੈ ਕੇ ਸਵਾਲ ਉੱਠਦੇ ਆ ਪਾਵੇਂ ਉਹ ਕੋਵਿਡ ਨੂੰ ਹਰਾਉਣ ਦੇ ਲਈ ਕਿਸ ਤਰ੍ਹਾਂ ਇਹ ਚੀਜ਼ ਯੂਜ਼ ਹੋਈ ਹੈ ਉਹਦੇ ਸਵਾਲ ਉੱਠਦੇ ਸਵਾਲ ਤਾਂ ਵਕ ਵਕ ਕਿੱਥੇ ਉੱਠ ਰਹੇ ਬਟ ਦ ਪੁਆਇੰਟ ਇਜ਼ ਦਿਸ ਅਮ ਅੱਜ ਦੇ ਡੇ ਦੇ ਵਿੱਚ ਜਿੱਥੇ ਮੈਂ ਕਹਾਂਈ ਕੁਝ ਮਹੀਨਿਆਂ ਪਹਿਲੇ ਲੋਕੀ ਪੀਐਮ ਕੇਅਰਸ ਫੰਡ ਦੇ ਵਿੱਚ ਪੈਸੇ ਪਾ ਵੀ ਰਹੇ ਸੀ ਬਹੁਤ ਵੱਡੇ ਵੱਡੇ ਨਾਮ ਕੁਝ ਇਹਦੇ ਵਿੱਚ ਪੈਸੇ ਪਾ ਰਹੇ ਸੀ ਆਮ ਰੀਸੈਂਟਲੀ ਸਾਨੂੰ ਇਹ ਵੇਖਣ ਨੂੰ ਮਿਲਿਆ ਹੈ ਵੱਡੀ ਸਰਕਾਰਾਂ ਭਾਵੇਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣ ਵੱਡੇ ਸੈਲੀਬ੍ਰਿਟੀਆਂ ਵੱਖ-ਵੱਖ ਕ੍ਰਿਕਟ ਸਟਾਰਸ ਆਸਟ੍ਰੇਲੀਆ ਤੋਂ ਉਹਨਾਂ ਨੇ ਵੀ ਹੁਣ ਇੱਕ ਤੁਸੀਂ ਕਹਿ ਲਓ ਕੌਨਸ਼ੀਅਸ ਡਿਸੀਜਨ ਲਿੱਤਾ ਹੈ ਕਿ ਪਾ ਪੀਐਮ ਕੇਅਰਸ ਫੰਡ ਦੇ ਵਿੱਚ ਨਹੀਂ ਆਪਣੇ ਪੈਸੇ ਦੇਣੇ ਉਹਨਾਂ ਨੇ ਇਨਸਟੈਡ ਪ੍ਰਾਈਵੇਟ ਐਨ ਜੀਓਸ ਜਿੱਦਾਂ ਰੈੱਡ ਕਰਾਸ ਹੋਏ ਜਾਂ ਖਾਲਸਾ ਏਡ ਹੋਏ ਜਾਂ ਇਹੋ ਜੀ ਚੈਰਿਟੀਆਂ ਦੇ ਵਿੱਚ ਆਪਣੇ ਪੈਸੇ ਦਿੱਤੇ ਹੈ ਇਨਸਟੈਡ ਆਫ ਪ੍ਰਾਈਮ ਮਿਨਿਸਟਰ ਮੋਦੀਜ਼ ਸਪੈਸੀਫਿਕ पीएम केयर्स फंड सो मतलब इस तरह की हूँ डिवेलप हो रही है कि कोई भी हम इस चीज़ को कहते ना उन्होंने कोई इलूजनज नहीं है नॉट द बेस्ट प्लेस फॉर देयर डोनेशन बट मैं थोड़े तो सुनना चाहती हाँ एयर हो जी मैं सत्या डॉक्टर ਜਿਹੜੀ ਸਿਚੁਏਸ਼ਨ ਆ ਹਸਕ ਤਨਾ ਇਸ ਬੇਰੀ ਬੇਰੀ ਸੀਰੀਅਸ ਹਮਮ ਕਿਹਕਾ ਐਰੀਆ ਕਰੋਨਾ ਵਾਇਰਸ ਐਕਸ ਜਾਂ ਪੋਲੀਟੀਕਲ ਵਾਇਰਸ ਹਾਂਜੀ ਤੇ ਪੋਲੀਟੀਕਲ ਵਾਇਰਸ ਜ਼ਿਆਦਾ ਡੇਂਜਰਸ ਆ ਯਾ ਤੇ ਜਿਹੜੇ ਤੁਸੀਂ ਅ ਐਂਟੀਨੈਟਿਵ ਦੀ ਗੱਲ ਕਰਦੇ ਹੋ ਤਾਂ ਇਹਨੂੰ ਲਾਸਟ 1 অর 2% ਨੇ ਜੋੜ ਪੈਂਦੀ ਆ ਸੀਰੀਅਸ ਕੇਸਸ ਹਮ ਉਹ ਤੋਂ ਪਹਿਲਾਂ ਜੇ ਇਸ ਨੂੰ ਕੰਟਰੋਲ ਕਰਨਾ ਤਾਂ ਮੈਂ ਕਾਫੀ ਐ ਰਿਸਰਚ ਕੀਤੀ ਆ ਬੁੱਕ ਵੀ ਲਿਖਿਆ ਤੇ ਅੱਗੇ ਮੇਰਾ ਵੈਬਸਾਈਟ ਆ renchofpronova.com ਤੇ ਜਾ ਕੇ ਸਾਰੀ ਇਨਫਰਮੇਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬੜੀ ਇਨਫਰਮੇਸ਼ਨ ਆ ਰਹੀ ਹੈ ਜਿਹੜੀ ਇਹਦੇ ਐਸੈਂਸ ਇਹ ਆ ਕਿ ਇਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਗਰਾਸਰੂਟ ਤੇ ਜਾਣਾ ਪੈਣਾ ਹੰਮ ਇੰਡੀਵਿਜੂਅਲੀ ਐਵਰੀਬਾਡੀ ਇਜ਼ ਰਿਸਪਾਂਸਿਬਲ ਤੇ ਐਵਰੀ ਕੰਟਰੀ ਤੇ ਗਲੋਬਲ ਬੇਸਿਸ ਤੇ ਜਾਣਾ ਪੈਣਾ ਵੜੀਆਂ ਕਾਸ਼ਨਸ ਰੱਖੀਆਂ ਨੇ ਚਾਰ ਪੰਜ ਕੰਟਰੀ ਦਾ ਮਨਾਉ ਲੈਣਾ ਜਿਨ੍ਹਾਂ ਨੇ ਸਕਸੈਸਫੁਲੀ ਕੰਟਰੋਲ ਕੀਤਾ ਉਹਨਾਂ ਨੇ ਕੋਈ ਲਾਕਡਾਊਨ ਨਹੀਂ ਕੀਤਾ ਕੁਝ ਨਹੀਂ ਕੀਤਾ ਕੋਈ ਵੈਕਸੀਨੇਸ਼ਨ ਨਹੀਂ ਸੀ ਉਸ ਵਕਤ ਔਰ ਇੱਕ ਤਾਂ ਤਾਈਵਾਨ ਹੈ ਉੱਥੇ ਜਸਟ ਅ ਫਿਊ ਹੰਡਰਡ ਡੈਥਸ ਤੇ ਦੂਜਾ ਸਾਊਥ ਕੋਰੀਆ ਹਾਂਗਕਾਂਗ ਨਿਊਜ਼ੀਲੈਂਡ ਰੀਜ਼ਨ ਉਹਨਾਂ ਦਾ ਤਾਂ ਕੀਤਾ ਕਿ ਉਹਨਾਂ ਦੀ ਜਿਹੜੇ ਪਾਪੂਲੇਸ਼ਨ ਉਹ ਬੜੇ ਪਹਿਲਾਂ ਐਜੂਕੇਟਡ ਹਮ ਉਹਨਾਂ ਕੋਲ ਇਲੈਕਟ੍ਰੋਨਿਕ ਉਹ ਚੁਸ ਕਰਦੇ ਆ ਟੈਕਨੋਲੋਜੀ ਹਮ ਜਿੱਥੇ ਵੀ ਹਾਰਟ ਸਪਾਟ ਹੁੰਦਾ ਇਮੀਡੀਏਟਲੀ ਅਸੈਂਡ ਐਪੀਡੀਮੀਓਲੋਜਿਸਟ ਡਾਕਟਰ ਨਰਸ ਉੱਥੇ ਜਾ ਕੇ ਉਹਦੇ ਮੈਸ ਟੈਸਟਿੰਗ ਕਰਕੇ ਤੇ ਫਾਈਂਡ ਆਊਟ ਦੀ ਪੇਸ਼ੈਂਟ ਜ਼ੀਰੋ ਇਹ ਤੋਂ ਸ਼ੁਰੂ ਹੁੰਦਾ ਦੈਨ ਦੇ ਗੈਟ ਟੂ ਥੈਟ ਉਹਨੂੰ ਆਈਸੋਲੇਟ ਕਰਕੇ ਕੰਟਰੋਲ ਕਰਦੇ ਆ ਇਹ ਤਾਂ ਹੈਗਾ ਬੈਸਟ ਤਰੀਕਾ ਦੂਜਾ ਮੈਂ ਕੋਈ ਆਪਟੀਮਿਸਟ ਆ ਬਾਈ ਨੇਚਰ ਪਰ ਜਿਹੜੀ ਸਿਚੁਏਸ਼ਨ ਇੰਡੀਆ ਦੀ ਆ ਉਹਦਾ ਤਾਂ ਰਾਬੀ ਰੱਖਾ ਕਿਉਂਕਿ ਨਾ ਤਾਂ ਉਹਨਾਂ ਦੇ ਕੋਲੇ ਕੋਈ ਟੈਸਟਿੰਗ ਮੈਸ ਟੈਸਟਿੰਗ ਆ ਜਿਹੜੀ ਹੋ ਵੀ ਰਹੀ ਸੀ ਉਹਨੂੰ ਸਨੋ ਡਾਊਨ ਕਰਤਾ ਕਹਿੰਦੇ ਜਦੋਂ ਮਾਸਟ ਟੈਸਟਿੰਗ ਕਰਦੇ ਆ ਜਿਆਦਾ ਨੰਬਰਸ ਨੰਬਰਸ ਆਉਂਦੇ ਆ ਹਾਂ ਉਹਨਾਂ ਦਾ ਉਹਦੇ ਪਲੀਟੀਕਲੀ ਹਾਲਟ ਕਰਦਾ ਨਾ ਯਾ ਇਹ ਜਿਹੜਾ ਪਲੀਟੀਕਲ ਵਾਇਰਸ ਕਹੀਆ ਨਾ ਇਹ ਬੜੀ ਡੇਂਜਰਸ ਆ ਇਹ ਜਾਣ ਬੁੱਝ ਕੇ ਕਰ ਰਹੇ ਨੇ ਇਹਨੂੰ ਇਹ ਨਹੀਂ ਪਤਾ ਵੀ ਇਹ ਕਿਹੜੇ ਵਿਕਟਮ ਹੋ ਸਕਦੇ ਆ ਤੇ ਇਸ ਵਕਤ ਤਾਂ ਕਹਿੰਦੇ ਉਹ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਯਾ ਇਹ ਸਾਡੇ ਇੰਡੀਵਿਜੂਅਲੀ ਡਿਪੈਂਡ ਕਰਦਾ ਜੀ ਅਸੀਂ ਫੇਸ ਮਾਸਕ ਕਰ ਲਈਏ ਆਪਦੇ ਆਪ ਵੋਲੰਟੇਰਲੀ 70% ਪ੍ਰੋਬਲਮ ਸੋਲਵ ਹੋ ਜਾਂਦਾ ਇਹ ਨੋਨ ਫਿਗਰ ਹੈ ਵਰਲਡ ਵਾਈਡ 70% ਕੈਨ ਕੋਲ ਥੈਟ ਵੇ ਤੇ ਬਾਕੀ 30% ਹੈ ਜਿਹੜਾ ਉਹ ਤੁਸੀਂ ਹਾਈਜਨ ਦੇ ਤੌਰ ਤੇ ਹੈਂਡ ਵਾਸ਼ਿੰਗ ਐਂਡ ਅਵੋਇਡਿੰਗ ਕਰਾਊਡਸ ਤੇ ਉਹਦੇ ਨਾਲ ਰੈਸਟ ਆਫ ਇਟ ਕੈਨ ਬੀ ਕੰਟਰੋਲਡ ਪਰ ਜਿਸ ਤਰ੍ਹਾਂ ਹੁਣ ਇਹ ਐਪੀਡੈਮਿਕ ਚੱਲ ਰਿਹਾ ਵੈਕਸੀਨੇਸ਼ਨ ਵਿਲ ਹੈਲਪ ਪਰ ਵੀ ਡੋਨਟ ਨੋ ਹੋਲ ਲੰਗ ਦੀ ਅਮੈਨਿਟੀ ਉਹ ਵਿਲ ਬੀ ਅਵੇਲੇਬਲ ਡੋਰਮ ਇਨ ਚਾਰਮਨ ਇ ਯਾ ਵੀ ਡੋਨੋ ਐਨੀ ਸਿੰਗ ਬਾਰਡ ਇਹ ਫਾਲਸ ਸੈਂਸ ਆਫ ਸਕਿਉਰਟੀ ਵੀ ਹੋ ਸਕਦੀ ਆ ਜੀ ਪਰ ਆਲਟੀਮੇਟਲੀ ਮੈਂ ਇਟ ਸੰਮਰਾਈਜ਼ ਕਰਾਂਗਾ ਕਿ ਇਟਸ ਅਪ ਟੂ ਅਸ ਜਿਹੜੇ ਐਜੂਕੇਟਿਡ ਬੰਦੇ ਆ ਸਮਝਦੇ ਆ ਉਹ ਇਥੇ ਐਕਟ ਕਰਦੇ ਆ ਦੇ ਹੈਵ ਕੰਟਰੋਲਡ ਇਟ ਜੀ ਪਰ ਇੰਡੀਆ ਇਲਿਟਰੇਸੀ ਐਜ਼ ਯੂ نو ਇਗਨੋਰੈਂਸ ਪੂਜਾ ਜਿਹੜੇ ਪਖੰਡੀ ਨੇ ਕਾਉ ਯੂਰਨ ਲੋਕ ਹਾ ਦਾ ਗੋਆ ਉਹ ਤਾਂ ਮੈਨੂੰ ਲਾਈਕ ਦੈਟ ਇਜ਼ ਸੋ ਸ਼ਾਕਿੰਗ ਫਰਸਟ ਆ ਇ ਵਨ ਟੂ ਸੇ ਥੈਂਕ ਯੂ ਸੋ ਮਚ ਡਾਕਟਰ ਸਰਾਉ ਤੁਸੀਂ ਹਮੇਸ਼ਾ ਸਾਨੂੰ ਇਨੀ ਵਧੀਆ ਜਾਣਕਾਰੀ ਦਿੰਦੇ ਹੋ ਬਟ ਤੁਸੀਂ ਸਾਰਿਆਂ ਨੇ ਉਹ ਪਿਕਚਰਾਂ ਦੇਖੀਆਂ ਹੋਣੀਆਂ ਰਾਈਟ ਕਾਉ ਮੂਤਰ ਤੇ ਕਾਉ ਡੰਗ ਨੂੰ ਲੈ ਕੇ ਆਪਣੇ ਉੱਪਰ ਲਬੇੜ ਕੇ ਤੇ ਉਸ ਚੀਜ਼ ਦੇ ਰਾਹੀਂ ਕੋਵਿਡ ਨੂੰ ਟਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੀਨ ਮੈਨੂੰ ਤਾਂ ਸਮਝ ਨਹੀਂ ਲੱਗਦੀ ਯੂ نو ਵਾਂਸ ਅਗੇਨ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਸਿਕਾ ਨਾਲ ਸ਼੍ਰੀਤਾ ਜੀ ਮੈਂ ਕੋਲ ਲੰਬੋਰੀਆ ਕੈਲੀਫੋਰਨੀਆ ਤੋਂ ਸਸਿਕਾ ਗੁਲਾਲ ਜੀ ਦੱਸੋ ਹਾਂਜੀ ਅ ਸ਼੍ਰੀਤਾ ਜੀ ਆਪਾਂ ਨਾਲ ਅਪਨ ਜੀ ਥੋੜਾ ਚਿਰ ਪਿੱਛੇ ਚੱਲੀ ਐ ਸੀਸੀ ਦੇ ਉੱਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਆਪਣੇ ਮਾਨਯੋਗ ਜਿਹੜੇ ਹੈਲਥ ਮਿਨਿਸਟਰ ਨੇ ਹਾਸ਼ਵਰਧ ਜੀ ਉਹਨਾਂ ਨੇ ਅ ਟੈਕਾਸ਼ਨ ਸੈਕਟਰ ਤੇ ਬਹੁਤੀ ਵਧੀਆ ਕੰਮ ਕੀਤਾ ਜਿੱਦੋਂ ਇਹ ਸ਼ੁਰੂ-ਸ਼ੁਰੂ ਹੋਇਆ ਸੀ ਮੈਂ ਗੱਲ ਕਰ ਰਿਹਾ ਹਾਂ ਫਰਵਰੀ 2020 ਦੇ ਕਰੀਬ ਹੀ ਉਸ ਤੋਂ ਬਾਅਦ ਮਾਰਚ ਦੇ ਵਿੱਚ ਉਹਨਾਂ ਨੂੰ ਬਰਾਮਾਨ ਸਨਮਾਨ ਨਹੀਂ ਮਿਲਿਆ ਸੀਗਾ ਠੀਕ ਹੈ ਉਸ ਤੋਂ ਬਾਅਦ ਇਹ ਇੰਡੀਆ ਰਜ ਐਨ ਪੰਪ ਕਿਤਲਾ ਫੇਰ ਇਸ ਸਟੇਬਲ ਕੰਡੀਸ਼ਨ ਦੇ ਵਿੱਚ ਸਿਚੁਏਸ਼ਨ ਚੱਲੀ ਗਈ ਤੇ ਉਹਦੇ ਵਿੱਚ ਅਸੀਂ ਧਰਾਤਲ ਤੇ ਕੰਮ ਨਹੀਂ ਕੀਤਾ ਉੱਪਰ ਉੱਪਰ ਅਸੀਂ ਹਵਾਈ ਫਾਇਰ ਕਰਦੇ ਰਹੇ ਕਿ ਅਸੀਂ ਇਹ ਕਰਦਾ ਗਿਆ ਸੀ ਵਿਸ਼ਵ ਗੁਰੂ ਬਣ ਜਾਣਾ ਅਸੀਂ ਇਹ ਕਰ ਦੇਣਾ ਉੱਥੋਂ ਤੁਹਾਨੂੰ ਯਾਦ ਹੋਊਗਾ ਹੈਲਥ ਡਿਪਾਰਟਮੈਂਟ ਦੇ ਹੀ ਇੱਕ ਸੈਕਟਰੀ ਨੇ ਹੱਲੇ ਵੀ ਟਵੀਟ ਬਲੀ ਨੇ ਕੀਤਾ ਯਾ ਲੈਟ ਟਵੀਟ ਹੈ ਕਿ ਅਸੀਂ 1000 ਵੈਂਟੀਲੇਟਰ ਰੋਜ਼ਾਨਾ ਅਸੀਂ ਮੈਨੂਫੈਕਚਰ ਕਰਕੇ ਆਂ ਕੀ ਕਰਾਂਗੇ ਹਸਪਤਲਾਂ ਨੂੰ ਜਰੂਰਤ ਪਈ ਤਾਂ ਵਰਲਡ ਦੇ ਵਿੱਚ ਕਿਤੇ ਹੋਰ ਕੰਟਰੀ ਨੂੰ ਤਾਂ ਉਹ ਵੀ ਦੇਵਾਂਗੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਅਸ਼ੀਤਾ ਜੀ ਕਿ ਇੱਕ ਵੈਂਟੀਲੇਟਰ ਬਣਾਉਣ ਨੂੰ ਘਰੀ ਤਕਰੀਬ ਜੇ ਚੰਗੀ ਕੰਡੀਸ਼ਨ ਬਣਾਉਣਾ ਹੋਵੇ ਨਾ ਤਾਂ ਘੱਟੋ-ਘੱਟ ਘੱਟੋ-ਘੱਟ 28 ਦਿਨ ਦਾ ਟਾਈਮ ਲੱਗਦਾ ਤੇ ਡੇਢ ਤੋਂ ਹੁਣ ਦਾ 2 ਲੱਖ ਦਾ ਉਹਦੇ ਉੱਤੇ ਬਜਟ ਖਰਚਾ ਹੁੰਦਾ ਜੀ ਸੋ ਅਸੀਂ ਅਸੀਂ ਜੋ ਹੈ ਗੱਲਾਂ ਕਰ ਲੈਂਦੇ ਆਂ ਵੱਡੀਆਂ ਵੱਡੀਆਂ ਪਰ ਉਹ ਸੋਚਾ ਸਮਝ ਲਈ ਕਿ 1000 ਵੈਂਟੀਲੇਟਰ ਵਾਸਤੇ ਮੈਂ ਬਜਟ ਕਿੱਥੋਂ ਆਊਗਾ ਫਿਰ ਲੋਕਾਂ ਨੂੰ ਦੱਸਣ ਕਿ ਅਸੀਂ ਇਹ ਬਾਹਰ ਵੀ ਭੇਜ ਦਾਂਗੇ ਹੁਣ ਸਿਚੁਏਸ਼ਨ ਇਹ ਆਈ ਹੈ ਕਿ ਸਾਨੂੰ ਵੈਂਟੀਲੇਟਰ ਬਾਹਰਲੀਆ ਕੰਟਰੀਆਂ ਭੇਜਣੀਆਂ ਜੇ ਤੁਸੀਂ ਇਸ ਚੀਜ਼ ਨੂੰ ਕੈਲਕੂਲੇਸ਼ਨ ਦੇ ਵਿੱਚ ਲੈ ਆਉ ਤਾਂ ਨਵੰਬਰ ਤੋਂ ਲੈ ਕੇ ਤੇ ਹੁਣ ਇਸ ਟਾਈਮ ਆਪਾਂ ਮਈ ਦੇ ਵਿੱਚ ਆਂ ਉਹ ਜਦੋਂ ਉਹਨਾਂ ਦਾ ਟਵੀਟ ਆਇਆ ਸੀ ਤਾਂ ਅੱਜ ਤੱਕ ਜੇ ਆਪਾਂ ਉਹ ਵੈਂਟੀਲੇਟਰ ਬਣਾ ਕੇ 1000 ਰੋਜ਼ ਦੇ ਸਿੱਟੇ ਹੁੰਦੇ ਤਾਂ ਬਲੀਵ ਮੀ অর ਨਾਟ ਆਪਾਂ ਨੂੰ ਕਿਸੇ ਹੋਰ ਕੰਟਰੀ ਤੋਂ ਵੈਂਟੀਲੇਟਰ ਲੈਣ ਦੀ ਜ਼ਰੂਰਤ ਨਹੀਂ ਪੈਣੀ ਸੀ ਬਿਲਕੁਲ ਨਹੀਂ ਬਿਲਕੁਲ ਨਹੀਂ ਗੁਰਲਾਲ ਜੀ ਆਈ ਕੰਪਲੀਟਲੀ ਅਗਰੀ ਵਿਦ ਯੂ ਐਂਡ ਆਈ ਅਗਰੀ ਵਿਦ ਦ ਜੋ ਤੁਸੀਂ ਮੇਨ ਇਥੇ ਪੁਆਇੰਟ ਆਪਣਾ ਰੱਖਿਆ ਹੈ ਆਮ ਕਿ ਜਿੱਦਾਂ ਯੂ نو ਮੇਰੀ ਮਾਂ ਕਹਿੰਦੀ ਸੀ ਘੁੱਟ ਸਫਾਈ ਹੈ ਨਾ ਕਿ ਤੁਸੀਂ ਤੁਹਾਡੇ ਕੋਈ ਗੈਸਟ ਆ ਰਹੇ ਹੈ ਤੇ ਤੁਸੀਂ ਵੱਡਾ ਵੱਡਾ ਸਮਾਨ ਚੱਕ ਕੇ ਨਾ ਕਿਸੇ ਕਲੋਜ਼ਟ ਵਿੱਚ ਦਬਾ ਦਿਓ ਸਫਾਈ ਥੋੜੀ ਨਾ ਉਹ ਤਾਂ ਦਿਖਾਵਾ ਹੈਗਾ ਬਾਅਦ ਚ ਖਲਾਰਾ ਤਾਂ ਉੱਥੇ ਦਾ ਉੱਥੇ ਹੀ ਹੈ ਸਫਾਈ ਕਰਨੀ ਹੈ ਪ੍ਰੈਪਰੇਸ਼ਨ ਕਰਨੀ ਸੀਗੀ ਟਾਈਮ ਵੀ ਸੀਗਾ ਰਿਸੋਰਸਸ ਵੀ ਸੀਗੇ ਬਟ ਉਹ ਮਤਲਬ ਕੈਨ ਦੇ ਵਿੱਚ ਹੀ ਉਹ ਚੀਜ਼ ਰਹਿ ਗਈ ਟਵੀਟ ਹੀ ਬਣ ਕੇ ਰਹਿ ਗਈ ਕਿੰਨੀ ਨਹੀਂ ਗਈ ਆਈ ਮੀਨ ਫੰਡਿੰਗ ਦੀ ਤੁਸੀਂ ਕਾਲਰ ਨੇ ਹੁਣੇ ਕਮੈਂਟ ਕੋ ਲਾਲ ਜੀ ਨੇ ਕਿਹਾ ਸੀ ਫੰਡਿੰਗ ਬਾਰੇ ਸਾਡੀ ਵੀ ਗੱਲ ਇਹੀ ਚੱਲ ਰਹੀ ਹੈ ਜੋ ਪੀਐਮ ਕੇਅਰਸ ਫੰਡ ਹੈ ਉਹਦੇ ਪੈਸੇ ਕਿੱਥੇ ਲੱਗ ਰਹੇ ਹੈ ਆਈ ਮੀਨ ਯੂ نو ਕੁਝ ਦਿਨਾਂ ਦੀ ਗੱਲ ਹੈ ਕਿ ਵਕਫ ਵਕ ਵੱਡੇ ਯੂ نو ਤੁਸੀਂ ਕਹਿ ਲੋ ਚੀਫ ਮਿਨਿਸਟਰਸ ਨੇ ਇੱਕ ਲੈਟਰ ਤੇ ਆਪਣੇ ਸਿਗਨੇਚਰ ਮਾਰੇ ਉਸ ਲੈਟਰ ਤੇ ਇਹਨਾਂ ਨੇ ਕਿਹਾ ਹੈ ਕਿ ਨਾਈਨ ਚੀਜ਼ਾਂ ਆਪਾਂ ਡਿਮਾਂਡ ਕਰਦੇ ਆਂ ਕੇਂਦਰ ਸਰਕਾਰ ਤੋਂ ਕਿ ਤੁਸੀਂ ਸਭ ਤੋਂ ਪਹਿਲੇ ਤਾਂ ਇਹ ਜੋ ਤੁਹਾਡੀ ਸੈਂਟਰਲ ਵਿਸਟਾ ਹੈਗੀ ਕੰਸਟਰਕਸ਼ਨ ਉਹਨੂੰ ਤੁਸੀਂ ਰੋਕੋ ਤੇ ਜੋ ਪੀਐਮ ਕੇਅਰਸ ਦੇ ਪੈਸੇ ਹੈਗੇ ਇਹਨੂੰ ਯੂਜ਼ ਕਰੋ ਕੋਵਿਡ ਦੇ ਲਈ ਉਮ ਸੋ ਇਸ ਚੀਜ਼ ਤੇ ਵਨ ਟਾਈਮ ਮੈ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਅਮੇਸ਼ਾ ਜੀ ਮੈਂ ਰਾਜ ਬੋਜਨ ਜੀ ਸਤਿ ਸ਼੍ਰੀ ਅਕਾਲ ਰਾਜ ਜੀ ਦੱਸੋ ਹਾਂਜੀ ਬੜਾ ਮਨ ਬੜਾ ਖਰਾਬ ਹੋਇਆ ਜਿਹੜੀ ਪਹਿਲੀ ਤੋਂ ਗੱਲ ਤੁਹਾਨੂੰ ਮੈਂ ਥੋੜੀ ਮੁਬਾਰਕ ਦੇਣਾ ਤੁਸੀਂ ਬੜੇ ਭੱਗੇ ਜਿਹੜੇ ਟੌਪਿਕ ਹੁੰਦੇ ਹੋ ਅੱਜ ਦੀ ਡੇਟ ਦੇ ਵਿੱਚ ਉਹ ਤੁਸੀਂ ਲੈ ਕੇ ਆਉਂਦੇ ਹੋ ਥੈਂਕ ਯੂ ਜੀ ਔਰ ਕਾਫੀ 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 ਜਾਣਕਾਰੀ ਸਾਨੂੰ ਮਿਲਦੀ ਹੈ ਥੈਂਕ ਯੂ ਜੀ ਤੇ ਇੱਕ ਮਨ ਬੜਾ ਉਦਾਸ ਹੈ ਕਿ ਜਿੰਨੀ ਵੀ ਜਿਹੜੀ ਚੀਜ਼ ਜਿੰਨੇ ਵੀ ਤੁਸੀਂ ਕਹੇ ਕੰਟਰੈਕਟ ਜਿੰਨੇ ਵੀ ਬਿਡਸ ਸਾਈਨ ਕਰਦੇ ਇਹ ਗੁਜਰਾਤ ਦੀ ਕਿਹੜਾ ਇਹੋ ਜਿਹਾ ਸਟੇਟ ਹੈਗਾ ਜਿਹਨੂੰ ਸਾਰਾ ਇਹ ਮਿਲਦਾ ਹੈ ਬਿਡਸ ਹੁੰਦੀਆਂ ਜਿੱਥੇ ਸਾਰੇ ਇਹਨਾਂ ਨੂੰ ਮਿਲਦੀ ਬਾਕੀ ਹੋਰ ਸਟੇਟਸ ਸਾਰੇ ਕੋਈ ਕੋਈ ਹੋਜੀ ਨਹੀਂ ਹੈਗੀ ਕੋਈ ਜਿਨ੍ਹਾਂ ਨੂੰ ਕੋਈ ਇਹ ਬਿਡ ਮਿਲ ਸਕਦੀ ਅੰਬਾਨੀ ਅਡਾਨੀ ਸਾਰੇ ਇਹਨਾਂ ਨੇ ਕੰਟਰੋਲ ਕੀਤਾ ਹੈ ਗੁਜਰਾਤ ਵਾਲਿਆਂ ਨੇ ਮੁਲਕ ਨੂੰ ਬਲਕਿ ਅਫਸੋਸ ਦੀ ਗੱਲ ਇਹ ਹੈ ਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕਿਸ ਤਰ੍ਹਾਂ ਖੇਡ ਰਹੇ ਹੈ वेंटिलेटर ਦੀ ਜਿਸ ਤਰ੍ਹਾਂ ਗੱਲ ਚੱਲੀ ਹੈ ਮਨ ਬੜਾ ਬੜਾ ਬਹੁਤ ਹੀ ਲੱਗਿਆ ਹੈ ਕਿ ਇਹ ਇਹਨਾਂ ਨੂੰ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਇਹਨਾਂ ਦੇ ਜਿਹੜੇ ਇਨਵੋਲ ਹੈਗੇ ਆ ਉਹਨਾਂ ਦੇ ਉੱਪਰ ਕੇਸ ਬਣਨੇ ਚਾਹੀਦੇ ਹੈ ਸੁਪਰੀਮ ਕੋਰਟ ਵੀ ਬੜਾ ਸਟਰੋਂਗ ਹੋਣਾ ਪਏਗਾ ਕਿਉਂਕਿ ਸੁਪਰੀਮ ਕੋਰਟ ਵੀ ਅੱਜਕੱਲ ਇਹਨਾਂ ਦੇ ਇਸ਼ਾਰਿਆਂ ਤੇ ਵੀ ਚੱਲਦਾ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਕਹਿੰਦੇ ਹੈ ਇਹ ਜਿਹੜੀ ਇਜ਼ਰਾਈਲ ਦੀ ਤੇ ਉਹਨਾਂ ਦੀ ਪਲੈਸਟਾਈਨ ਦੀ ਹਾਂਜੀ ਹਾਂਜੀ ਤੇ ਉਹਨਾਂ ਦਾ ਦੇਖੋ ਉਹ ਵਿਚਾਰਿਆਂ ਦੇ ਜਿਹੜੇ ਸੈਟਲਰ ਹੈਗੇ ਆ ਪਾਲਿਸਟਿਨ ਜਿਹੜੇ ਉੱਥੇ ਬੈਠੇ ਆ ਬਾਰਡਰ ਤੇ ਕਿੰਨੇ ਦਹਾਕਿਆਂ ਤੋਂ ਬੈਠੇ ਆ ਉੱਥੇ ਆਪਣੇ ਸੈਟਲ ਹੋ ਕੇ ਬੈਠੇ ਆ ਇਹ ਉਹਨਾਂ ਨੂੰ ਸਾਰਿਆਂ ਨੂੰ ਮੂਵ ਕਰ ਰਹੇ ਕੱਢ ਰਹੇ ਉਥੋਂ ਤੱਕ ਇਹ ਨਾਲ ਜਿਹੜੇ ਵਿਚਾਰੇ ਪੰਨ 40 40 50 ਸਾਲਾਂ ਤੋਂ ਉੱਥੇ ਜਿਹੜੇ ਸੈਟਲ ਹੋ ਕੇ ਬੈਠੇ ਆ ਉਹਨਾਂ ਨੂੰ ਉਥੋਂ ਕਢਨੇ ਬਕਾਇਰਾਂ ਨੂੰ ਕਰਨਾ ਤੇ ਫਿਰ ਇਹ ਜਿਹੜੀ ਹੁਣ ਚੀਜ਼ ਆਈ ਹੈ ਨਾਲੇ ਇੱਕ ਥੀ ਹੋਰ ਵੀ ਆ ਗਈ ਹੈ ਜਿਹੜਾ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਆ ਉਹਦੀ ਕੋਸ਼ਿਸ਼ ਹੈ ਕਿ ਇਹੋ ਜਿਹਾ ਮੈਂ ਕੋਈ ਕਾਰਾ ਕਰਦਾ ਰਵਾਂ ਜਣਾ ਕਿ ਲੋਕਾਂ ਨੂੰ ਵੋਟਾਂ ਲੈਣੀਆਂ ਉਹਨਾਂ ਨੈਕਸਟ ਪ੍ਰਾਈਮ ਮਿੰਿਸਟਰ ਵਾਸਤੇ ਬੰਨਾ ਫਿਰ ਦੁਆਰਾ ਜਿਲੇ ਵੀ ਕੋਈ ਵਜ੍ਹਾ ਹੁੰਦਾ ਕੇਸ ਹੋਸਲੇ ਉਹ ਜੇ ਕੇਸ ਕਰ ਦਿੰਦੇ ਐ ਤੇ ਵਰਲਡ ਵਾਈਡ ਇਹਨਾਂ ਨੂੰ ਮਿਲ ਕੇ ਤਬਾਹੀ ਚੱਲ ਰਹੀ ਹੈ ਇਹ ਵੀ ਬਿਲਕੁਲ ਤੇ ਮੂਜੀ ਗੱਲ ਹੈ ਕਿ ਇੰਡੀਆ ਦੇ ਵਿੱਚ ਇਹਨਾਂ ਨੂੰ ਕੋਈ ਅੱਛੇ ਜਿਹੜੇ ਪ੍ਰਬੰਧਕ ਜਿਹੜੇ ਹੋਣ ਜਿਹੜੇ ਪ੍ਰਾਈਮ ਮਿੰਿਸਟਰ ਜਿਹੜੇ ਸੰਭਾਲ ਸਕਣ ਮੈਨੂੰ ਕ腐ਪਸ਼ਨ ਕੱਢਮ ਹਣੀ ਚਾਹੀਦੀ ਬਿਲਕੁਲ ਨਹੀਂ ਤੇ ਇਸ ਕੰਟਰੀ ਬਿਲਕੁਲ ਤਬਾਹ ਹੋ ਰਹੀ ਹੈ ਜੀ ਬਿਲਕੁਲ 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 ਆਈ 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 ਕੰਪਲੀਟਲੀ ਐਗਰੀ ਵਿਦ ਯੂ ਰਾਜੀ ਕੇ ਇਸ ਵੇਲੇ ਅਮ ਦਿਲ ਤਾਂ ਖਰਾਬ ਹੁੰਦਾ ਹੀ ਹੁੰਦਾ ਹੈ ਬਟ ਐਟ தி ਐਂਡ ਥੇ ਡੇ ਯੂ ਨੋ ਲਾਈਕ ਅਮ ਸਾਨੂੰ ਜਦੋਂ ਫਿਊਚਰ ਦੇ ਬਾਰੇ ਆਪਾਂ ਸੋਚਦੇ ਆਂ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਮ ਮੰਨੀ ਜਾਂਦੀ ਸੀ ਉੱਥੇ ਜੋ ਇਹਦੇ ਸਿਟੀਜ਼ਨਸ ਹਨ ਉਹਦਾ ਕੀ ਬਣ ਰਿਹਾ ਹੈ ਯੂ نو ਅਗਰ ਤੁਸੀਂ ਕਹੋ ਕਿ ਇੱਕ ਕੰਟਰੀ ਦੇ ਵਿੱਚ ਜਿੱਥੇ ਸਿਟੀਜ਼ਨਸ ਨੇ ਉੱਥੇ ਰਹਿਣ ਵਾਲੇ ਨਿਵਾਸੀਆਂ ਨੇ ਆਪਣੇ ਲੀਡਰਾਂ ਨੂੰ ਨਹੀਂ ਚੁਣਿਆ ਹੋਏ ਤੇ ਉਹਨਾਂ ਦੇ ਲੀਡਰ ਉਹਨਾਂ ਦੇ ਨਾਲ ਕੁਛ ਇਦਾਂ ਦਾ ਕਰਦੇ ਤੇ ਵੱਖਰੀ ਗੱਲ ਹੈ ਜਦੋਂ ਇਹਨਾਂ ਨੇ ਲੀਡਰਸ ਨੂੰ ਚੁਣਿਆ ਹੈ ਤਦ ਵੀ ਲੀਡਰ ਇਹਨਾਂ ਦੀ ਕਦਰ ਨਹੀਂ ਕਰਦੇ ਉਹ ਚੀਜ਼ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਯੂ نو ਐਂਡ ਐਂਡ ਇਹ ਜੋ ਚੀਜ਼ ਹੈਗੀ ਆ ਖਾਸ ਕਰਕੇ ਇਹ ਪੀ ਐਮ ਕੇਅਰਸ ਫੰਡ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਹੀ ਸੀ ਆਮ ਇਹ ਪੀ ਐਮ ਕੇਅਰਸ ਫੰਡ ਨਾ ਕਿ ਸਿਰਫ ਹੁਣ ਐਕਸਟਰਨਲੀ ਭਾਵੇਂ ਉਹ ਬਾਹਰ ਦੇ ਮੁਲਕਾਂ ਦੀ ਸਰਕਾਰਾਂ ਹੋਣ ਵੱਡੇ ਸੈਲੇਬ੍ਰਿਟੀਆਂ ਹੋਣ ਉਹਨਾਂ ਨੇ ਵੀ ਇਸ ਚੀਜ਼ ਦੇ ਵਿੱਚ ਪੈਸੇ ਪਾਣ ਤੋਂ ਆਪਣੇ ਹੱਥ ਚੱਕ ਲੈ ਕੇ ਨਹੀਂ ਇਹਦੇ ਵਿੱਚ ਆਪਣੇ ਪੈਸੇ ਨਹੀਂ ਪਾਣੇ ਬਟ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਅਟੈਕ ਕੀਤਾ ਜਾ ਰਿਹਾ ਹੈ ਵਕ ਵਕ ਚੀਫ ਮਨਿਸਟਰਸ ਨੇ ਇੱਕ ਲੈਟਰ ਸਾਈਨ ਕੀਤੀ ਜਿਹਦੇ ਵਿੱਚ ਉਹਨਾਂ ਨੇ ਨੋ ਮੰਗਾ ਰੱਖੀ ਹੈ ਆ ਕੇਂਦਰ ਸਰਕਾਰ ਦੇ ਲਈ ਉਹਨਾਂ ਨੇ ਕਿਹਾ ਸਭ ਤੋਂ ਪਹਿਲੇ ਤਾਂ ਤੁਸੀਂ ਵੈਕਸੀਨਸ इकट्ठी ਕਰੋ ਭਾਵਿਓ ਤੁਸੀਂ ਐਕਸਟਰਨਲੀ ਲੈ ਕੇ ਆ ਰਹੇ ਹੋ ਜਾਂ ਇੰਟਰਨਲੀ ਬਣਾ ਰਹੇ ਹੋ 글로ਬਲੀ ਡੋਮੈਸਟਿਕਲੀ ਵੈਕਸੀਨਸ ਨੂੰ ਕੇਂਦਰ ਸਰਕਾਰ ਨੂੰ ਇਕੱਠਾ ਕਰਨਾ ਚਾਹੀਦਾ ਹੈ ਇਹ ਕੋਈ ਚੰਗੀ ਚੀਜ਼ ਥੋੜੀ ਨਾ ਕਿ ਵੱਖ-ਵੱਖ ਸੂਬੇ ਵੱਖ-ਵੱਖ ਸਟੇਟਸ ਆਪਣੀ ਵੈਕਸੀਨਸ ਆਪਣੇ ਲਈ ਇਕੱਠੀ ਕਰਨ ਨਾ ਕਿ ਉਹਨਾਂ ਨੂੰ ਉਸ ਚੀਜ਼ ਦੀ ਮਹਿੰਗਾਈ ਜ਼ਿਆਦਾ ਪੈਣੀ ਹੈ ਬਟ ਕਿੰਨੀ ਡਿਸਆਰਗਨਾਈਜ਼ਡ ਅਪਰੋਚ ਹੈ ਕਿ ਪੰਜਾਬ ਤੁਸੀਂ ਆਪਣੀ ਵੈਕਸੀਨ ਲਓ ਗੁਜਰਾਤ ਤੁਸੀਂ ਆਪਣੀ ਵੈਕਸੀਨ ਲਓ ਕੇਂਦਰ ਸਰਕਾਰ ਦਾ ਫਿਰ ਕੰਮ ਹੀ ਕੀ ਰਹਿ ਗਿਆ ਕੀ ਪਰਪਸ ਹੈਗਾ ਇੱਕ ਸੈਂਟਰਲ ਗਵਰਨਮੈਂਟ ਦਾ ਖਾਸ ਕਰਕੇ ਇਹੋ ਜਿਹੀ ਕ੍ਰਾਈਸਿਸ ਦੇ ਵਿੱਚ ਦੂਜੀ ਚੀਜ਼ ਇਹਨਾਂ ਨੇ ਕਹੀ ਹੈ ਕਿ ਇਮੀਡੀਏਟਲੀ ਛੇਤੀ ਤੋਂ ਛੇਤੀ ਇੱਕ ਫ੍ਰੀ ਮੁਫਤ ਯੂਨੀਵਰਸਲ ਮਾਸ ਵੈਕਸੀਨੇਸ਼ਨ ਕੈਂਪੇਨ ਹੋਣੀ ਚਾਹੀਦੀ ਹੈ ਅੱਜ ਦੇ ਡੇਟ ਦੇ ਵਿੱਚ ਮੈਂ ਇੱਕ ਖਬਰ ਸੁਣ ਰਹੀ ਸੀ ਕਿ ਜਿੱਥੇ ਵੈਕਸੀਨ ਜਿੱਥੇ ਟੀਕੇ ਲਗਾਉਣ ਦੀ ਗੱਲ ਆਉਂਦੀ ਹੈ ਇੰਡੀਆ ਦੇ ਵਿੱਚ ਸ਼ਹਿਰਾਂ ਤੋਂ ਲੋਕੀ ਜਾ ਰਹੇ ਆ ਨੌਜਵਾਨ ਪਿੰਡਾਂ ਦੇ ਵਿੱਚ ਵੈਕਸੀਨ ਲਵਾਉਣ ਲਈ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਸਪੌਟਲੀ ਮਿਲ ਰਿਹਾ ਸਲੌਟਲੀ ਮਿਲ ਰਿਹਾ ਉਹਨਾਂ ਦੀ ਬੁਕਿੰਗ ਨਹੀਂ ਹੋ ਰਹੀ ਆ ਲੇਕਿਨ ਉਹਨਾਂ ਦੇ ਕੋਲ ਕਿਉਂਕਿ ਕੰਪਿਊਟਰ ਦਾ ਐਕਸੈਸ ਹੈ ਉਹਨਾਂ ਦੇ ਕੋਲ ਇੰਟਰਨੈਟ ਵਧੀਆ ਹੈ ਉਹਨਾਂ ਨੂੰ ਜਿੱਥੇ ਜਗ੍ਹਾ ਮਿਲਦੀ ਹੈ ਵੈਕਸੀਨ ਲਈ ਪਾਵੇਂ ਉਹ 2 ਘੰਟੇ ਦੇ ਰਾਤੇ ਕੋਈ ਪਿੰਡ ਹੀ ਹੋਏ ਉੱਥੇ ਜਾ ਕੇ ਉਹ ਵੈਕਸੀਨ ਲਵਾ ਲੈਂਦੇ ਤੇ ਜੋ ਪਿੰਡ ਵਿੱਚ ਰਹਿਣ ਵਾਲੇ ਲੋਕੀ ਹੈਗੇ ਉਹਨਾਂ ਦੀ ਹੱਕ ਦੀ ਵੈਕਸੀਨ ਸ਼ਹਿਰਾਂ ਦੇ ਲੋਕੀ ਲੈ ਰਹੇ ਇਹਨਾਂ ਸ਼ਹਿਰ ਵਾਲਿਆਂ ਦੀ ਗਲਤੀ ਹੈ ਨਾ ਪਿੰਡਾਂ ਦੀ ਗਲਤੀ ਕਿ ਉਹਨਾਂ ਦੇ ਕੋਲ ਇੰਟਰਨੈਟ ਨਹੀਂ ਹੈ ਇਹ ਇੱਕ ਵਾਰੀ ਫਿਰ ਲੀਡਰਸ਼ਿਪ ਤੇ ਆ ਜਾਂਦੀ ਹੈ ਇੱਕ ਵਾਰੀ ਫਿਰ ਕੇਂਦਰ ਤੇ ਆਂਦੀ ਹੈ ਕਿ ਕਿਸ ਤਰ੍ਹਾਂ ਉਹ ਇੱਕ ਓਵਰਆਲ ਯੂਨੀਵਰਸਲ ਵੈਕਸੀਨੇਸ਼ਨ ਡਰਾਈਵ ਕਰਦੇ ਆ ਜਾਂ ਨਹੀਂ ਕਰਦੇ ਤੇ ਇਹ ਜੋ ਚਿੱਠੀ ਜਿਹਦੇ ਤੇ ਸਾਰਿਆਂ ਦੇ ਸਿਗਨੇਚਰ ਹੈਗੇ ਵੱਖ-ਵੱਖ ਚੀਫ ਮਿਨਿਸਟਰਸ ਨੇ ਇਸ ਚੀਜ਼ ਨੂੰ ਸਾਈਨ ਕੀਤਾ ਹੈ ਮਮਤਾ ਬੇਨਰਜੀ ਨੇ ਸਾਈਨ ਕੀਤਾ ਹੈ ਉਦੇ ਠਾਕਰੀ ਨੇ ਸਾਈਨ ਕੀਤਾ ਹੈ ਵੱਖ-ਵੱਖ ਹੋਰਾਂ ਨੇ ਸ਼ਰਦ ਪਵਾਰ ਐਮ ਕੇ ਸਟਾਲਿਨ ਸੋਨੀਆ ਗਾਂਧੀ ਇਹਨਾਂ ਨੇ ਕਿਹਾ ਹੈ ਕਿ ਇੱਕ ਤਾਂ ਵੈਕਸੀਨ ਇਕੱਠੀ ਕਰੋ ਅ ਵੱ ਜਲਦ ਤੋਂ ਜਲਦ ਇਹਨਾਂ ਨੂੰ ਵੈਕਸੀਨੇਟ ਕਰਾਓ ਲੋਕਾਂ ਨੂੰ ਆਮ ਵੈਕਸੀਨ ਦੀ ਪ੍ਰੋਡਕਸ਼ਨ ਰੈਂਪ ਅਪ ਕਰੋ ਕਿ ਇਹ ਚਲੋ ਵਧੀਆ ਚੀਜ਼ ਹੈਗੀ ਕਿ ਯੂਨੋ ਯੂਐਸਏ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਵੈਕਸੀਨਸ ਦਿੱਤੀਆਂ ਜਾ ਰਹੀਆਂ ਬਟ ਇੰਡੀਆ ਦੇ ਵਿੱਚ ਜਿੱਥੇ 1 ਬਿਲੀਅਨ ਬਿਲੀਅਨ ਉਹਦੇ ਬੀਤੋਂ ਵੱਧ ਪੋਪੂਲੇਸ਼ਨ ਹੈਗੀ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ 2% ਲੋਕੀ ਉਸ ਪੋਪੂਲੇਸ਼ਨ ਦੇ ਵੈਕਸੀਨੇਟ ਹੋਏ ਸੋ ਇੰਡੀਆ ਨੂੰ ਆਪਣੀ ਵੈਕਸੀਨ ਬਨਾਨੀ ਪੈਣੀ ਹੈ ਇਹ ਚਿੱਠੀ ਉਹ ਸੇ ਚੀਜ਼ ਤੇ ਅਰਜ ਕਰਦੀ ਕਿ ਵੈਕਸੀਨਸ ਬਨਾਓ ਹੋਰ ਪੀਐਮ ਕੇਅਰਸ ਫੰਡ ਤੋਂ ਪੈਸੇ ਨਿਕਾਲ ਕੇ ਉੱਥੇ ਪਾਓ ਜਿੱਥੇ ਵੈਕਸੀਨਸ ਤੇ ਕੋਵਿਡ ਦੀ ਗੱਲ ਆਉਂਦੀ ਹੈ ਸਭ ਤੋਂ ਵੱਡੀ ਚੀਜ਼ ਜੋ ਮੈਂ ਕਹਾਂਗੀ ਕੋਵਿਡ ਤੋਂ हट ਕੇ ਇਸ ਚਿੱਠੀ ਵਿੱਚ ਲਿਖੀ ਗਈ ਸੀ ਉਹ ਇਹੀ ਸੀ ਕਿ ਜੋ ਆਪਣੇ ਤਿੰਨ ਲਾਜ਼ ਹੈਗੇ ਫਾਰਮ ਲਾਜ਼ ਐਗਰੀਕਲਚਰ ਲਾਜ਼ ਜਿਨ੍ਹਾਂ ਦੇ ਕਰਕੇ ਹਲੇ ਤੱਕ ਸਾਡੇ ਬਜ਼ੁਰਗ ਸਾਡੇ ਕਿਸਾਨ ਸਾਡੇ ਯੰਗ ਪ੍ਰੋਫੈਸ਼ਨਲਸ ਅੰਦੋਲਨ ਜੀਵੀ ਹਲੇ ਤੱਕ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਆ ਪੀਸਫੁਲ ਪ੍ਰੋਟੈਸਟ ਦੇ ਵਿੱਚ ਇਨ ਲਾਜ਼ ਨੂੰ ਜਲਦ ਤੋਂ ਜਲਦ ਰਿਪੀਲ ਕੀਤਾ ਜਾਏ ਤਾਂ ਕਿ ਜੋ इंडिया ਦੇ ਅਨ ਦਾਤਾ ਉਹ ਜਾ ਕੇ ਵਾਪਸ ਆਮ ਇੰਡੀਆ ਦੀ ਫੂਡ ਗ੍ਰੇਨਸ ਦੇ ਵਾਲੇ ਆਪਣੇ ਆਪਣੇ एफर्ट्स ਨੂੰ ਲਗਾਉਣ ਇਨਸਟੈਡ ਆਫ ਪ੍ਰੋਟੈਸਟਿੰਗ ਆਮ ਸੋ ਵਾਂਸ ਅਗੇਨ ਯੂ نو ਇਹ ਜੋ ਇਸ ਵੇਲੇ ਸਾਰੇ ਪਾਸਿਓਂ ਪ੍ਰੈਸ਼ਰ ਪੈ ਰਿਹਾ ਹੈ ਸਰਕਾਰ ਤੇ ਆਮ ਸਾਡਾ ਤਾਂ ਸਵਾਲ ਇਹੀ ਉੱਠਦਾ ਹੈ ਕਿ ਸਰਕਾਰ ਇਨ ਪ੍ਰੈਸ਼ਰਸ ਤੇ ਰਿਐਕਟ ਕਰੂਗੀ ਤੇ ਰਿਐਕਟ ਕਰੂਗੀ ਤੇ ਕਿਸ ਤਰ੍ਹਾਂ ਕਿ ਉਹਨਾਂ ਨੂੰ ਕੋਈ ਡਰ ਹੈ ਕਿ ਇਹ ਜੋ ਕੋਵਿਡ ਦੀ ਹੈਂਡਲਿੰਗ ਹੈਗੀ ਉਹਨਾਂ ਨੂੰ ਆਉਣ ਵਾਲੇ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਹਰਟ ਕਰ ਸਕਦੀ ਹੈ ਕਿਉਂਕਿ ਹੈਲਪ ਤਾਂ ਨਹੀਂ ਕਰੂਗੀ ਕੀ ਇਹਦਾ ਕੋਈ ਨਤੀਜਾ ਵੀ ਹੋਏਗਾ ਇਹ ਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ब्रेक तो बाद एक वेरी फर्स्ट टाइम सड स्वागत आज मैं ਤੁਹਾਡੇ ਨਾਲ ਲਾਈਵ ਜੁੜੀਆਂ ਬਿਕੋਜ਼ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਇੰਨੀ ਜ਼ਿਆਦਾ ਹੈਡਲਾਈਨਸ ਨਹੀਂ ਜ਼ਿਆਦਾ ਖਬਰਾਂ ਪੂਰਾ ਹਫਤਾ ਤੁਹਾਡੇ ਨਾਲ ਰਿਕਾਰਡਡ ਪ੍ਰੋਗਰਾਮਸ ਪੇਸ਼ ਕੀਤੇ ਬਹੁਤ ਇੰਪੋਰਟੈਂਟ ਗੈਸਟ ਸਾਡੇ ਨਾਲ ਜੁੜੇ ਬਟ ਅੱਜ ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦੀ ਆ ਤੇ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕੁਝ ਕਾਲਰ ਸਾਡੇ ਨਾਲ ਜੁਜਕੇ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਅਸ਼ਮਿਤਾ ਜੀ ਡਾਕਟਰ ਬਾਜਵਾ ਫਰਮ ਸ਼ਿਕਾਗੋ ਸਤਿ ਸ੍ਰੀ ਅਕਾਲ ਡਾਕਟਰ ਬਾਜਵਾ ਐਜ਼ ਆਲਵੇਜ਼ ਅ ਪਲੇਜ਼ਰ ਦੱਸੋ ਸਰ ਹਾਂਜੀ ਮੈਂ ਦੇਖ ਰਿਆ ਸੀ ਤੁਹਾਡਾ ਸ਼ੋ ਜਿਹੜੇ ਤੁਸੀਂ ਦੋ ਕਨਸਰਨਜ਼ ਜ਼ਾਹਰ ਕੀਤੇ ਬਈ ਜਿਹੜੀ ਕੋਵਿਡ ਦੀ ਹੈਂਡਲਿੰਗ ਹੈ ਉਹ ਇੰਡੀਆ ਚ ਕਿਵੇਂ ਹੋ ਰਹੀ ਹੈ ਇਹਦਾ ਫਿਊਚਰ ਤੇ ਕੀ ਇਫੈਕਟ ਪੈ ਸਕਦਾ ਹੈ ਮੋਦੀ ਤੇ ਜੀ ਸੋ ਇਹ ਇਹ ਗੱਲ ਇੱਕ ਠੀਕ ਹੈ ਗਵਰਨਮੈਂਟ ਕਈ ਵਾਰੀ ਇਹ ਕਹਿੰਦੀ ਹੈ ਵੀ ਸਾਡਾ ਕੰਟਰੀ ਬਹੁਤ ਬੋਲਤ ਸਾਡੀ ਗਿਣਤੀ ਬਹੁਤ ਹੈ ਪਰ ਇਹਨਾਂ ਨੂੰ ਇਹ ਕਰਕੇ ਧਿਆਨ ਕਰਨਾ ਚਾਹੀਦਾ ਸੀਗਾ ਇਹ ਜੇ ਪੈਂਡੈਮਿਕ ਵਾਸਤੇ ਗਵਰਨਮੈਂਟ ਨੂੰ ਤਿਆਰ ਰਹਿਣਾ ਚਾਹੀਦਾ ਸੀ ਅਗਰ ਹੁਣ ਆ ਵੀ ਗਏ ਤੇ ਬਹੁਤ ਸਾਰੇ ਫਰੰਟਸ ਤੇ ਇਹ ਫੇਲ ਹੈ ਇੱਕ ਕਿਸਮ ਦੀ ਆਪਤਾ ਪਈ ਹੈ ਇਟ ਲੁక్స్ ਲਾਈਕ ਕਿ ਨੋ ਵਨ ਇਜ਼ ਇਨ ਕੰਟਰੋਲ ਪੀਐਮ ਸਾਹਿਬ ਤਾਂ ਹੁਣ ਕਿਤੇ ਨਜ਼ਰ ਹੀ ਨਹੀਂ ਆਉਂਦੇ ਗਾਇਬ ਹੀ ਹੋ ਗਏ ਅੱਜ ਰਾਹੁਲ ਗਾਂਧੀ ਦਾ ਵੀ ਬਿਆਨ ਆ ਗਿਆ ਕਿ ਸਾਨੂੰ ਸਿਰਫ ਕੋਵਿਡ ਵੇਖਣ ਨੂੰ ਮਿਲਦੀ ਹੈ ਲੇਕਿਨ ਪ੍ਰਧਾਨ ਮੰਤਰੀ ਜੀ ਕਿਥੇ ਨਹੀਂ ਦੇਖਣ ਨੂੰ ਮਿਲਦੇ ਹਾਂਜੀ ਹਾਂ ਹੁਣ ਦੂਜੀ ਗੱਲ ਆਉਂਦੀ ਹੈ ਇਟ সিমਿਲੈਰਿਟੀ ਬੀਟਵੀਨ 트럼ਪ ਐਡਮਿਨਿਸਟ੍ਰੇਸ਼ਨ ਐਂਡ ਮੋਦੀ ਐਡਮਿਨਿਸਟ੍ਰੇਸ਼ਨ ਇਨ ਹੈਂਡਲਿੰਗ ਕੋਵਿਡ ਇਹ ਥੋੜੀ ਬਹੁਤ সিমਿਲੈਰੀ ਲੱਗਦੀ ਹੈ ਜਿਵੇਂ ਇਹਨਾਂ ਨੇ ਵੀ ਅਜ ਬਿਆਨ ਦਿੱਤਾ ਅਸੀਂ ਮਾਸਟ ਟੈਸਟਿੰਗ ਬੰਦ ਕਰ ਦਿੱਤੀ ਹੈ ਵੀ ਜਦੋਂ ਅਸੀਂ ਟੈਸਟ ਕਰਦੇ ਆਂ ਤਾਂ ਲੋਕ ਪੋਜ਼ਿਟਿਵ ਨਿਕਲਦੇ ਆਂ ਅਗਰ ਉਹ ਹੈਗੇ ਆ ਪੋਜ਼ਿਟਿਵ ਤਾਂ ਹੀ ਨਿਕਲਦੇ ਆਂ ਰਾਦਰੋਂ ਨੂੰ ਐਡਮਿਟ ਕਰਨਾ ਚਾਹੀਦਾ ਉਹਦੇ ਕੋਈ ਪ੍ਰੋਗਰਾਮ ਬਣਾਉਣੇ ਚਾਹੀਦੇ ਹਾਂ ਹੁਣ ਅੱਗੋਂ ਆਉਂਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਖਤਰਾ ਮੋਦੀ ਸਰਕਾਰ ਨੂੰ ਹੋਏਗਾ ਜੀ ਇਹ ਇਕਨਮੀ ਬਹੁਤ ਯਾਦਾ ਇਸ ਟਾਈਮ ਪੂਰ ਹੈ ਇਹ ਇਕਨਮੀ ਇੰਨੀ ਪੂਰ ਹੋ ਗਈ ਹੈ ਕਿ ਜਿਹੜੀ ਲਾਸਟ ਕੁਆਟਰ ਦੀ ਜੀਡੀਪੀ ਹੈ 5% ਦੀ ਉਹ 15 ਇਅਰਸ ਲੋ ਹੋ ਗਈ ਹੈ ਯਾ ਜਿਹੜੀ ਉਹ ਡੀਮੋਨਟਾਈਜੇਸ਼ਨ ਤੇ ਉਹਦੇ ਜੀਐਸਟੀ ਦੇ ਇਫੈਕਟ ਸੀਗੇ ਉਹਨੇ ਵੀ ਕਾਫੀ ਤਬਾਈ ਮਚਾਈ ਹੈ ਜਿਹੜੀ ਡੋਮੈਸਟਿਕ ਡਿਮਾਂਡ ਹੈ ਚੀਜ਼ਾਂ ਦੀ ਉਹ ਇੰਨੀ ਜਿਆਦਾ ਕਟ ਗਈ ਹੈ ਕੰਜ਼ਿਊਮਰ ਕੋਲ ਕੋਈ ਪੈਸਾ ਨਹੀਂ ਹੈ ਸੋ ਉਹਦੇ ਨਾਲ ਇੱਕ ਲੌਂਗ ਲਾਸਟਿੰਗ ਰੀਸੈਸ਼ਨ ਦਾ ਖਤਰਾ ਹੈ ਔਰ ਇਹ ਜਿਹੜੀ ਡੋਮੈਸਟਿਕ ਡਿਮਾਂਡ ਡਿਪਰੈਸ ਹੈ 18 ਇਅਰ ਲੋ ਹੈ 18 ਇਅਰਸ ਅਜੇ ਜਿਹੜੇ ਟੈਕਸ ਰੈਵਨਿਊ ਆ ਰਹੇ ਹਨ ਉਹ ਵੀ ਬਹੁਤ ਘੱਟ ਹੈ ਉਹਨਾਂ ਦੇ ਬਹੁਤ ਗੈਪਸ ਹੈ ਔਰ ਟੈਕਸ ਟਰੋਰਿਜ਼ਮ ਚੱਲ ਰਿਹਾ ਲੋਕਾਂ ਨੂੰ ਜਾ ਕੇ ਕਿਸੇ ਫੈਕਟਰੀ ਵਾਲੇ ਨੂੰ ਫੜ ਲਿਆ ਕਿਸੇ ਗੋਲ ਸਮੇਤ ਨੂੰ ਫੜ ਲਿਆ ਸੋ ਇਹ ਚੀਜ਼ਾਂ ਠੀਕ ਨਹੀਂ ਹੈ ਪਰ ਸਭ ਤੋਂ ਵੱਡੀ ਜਿਹੜੀ ਹੋਰ ਚੀਜ਼ ਹੈ ਕਿ ਜਿਹੜਾ ਜਾਬਲੈਸ ਰੇਟ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਸਾਢੇ 3 ਲੱਖ ਜਾਦ ਤੱਕ ਲੀਆਂ ਆਟੋਮੋਬਾਈਲ ਸੈਕਟਰ ਤੇ ਚਲ ਗਈਆਂ ਬਾਕੀ ਐਗਰੀਕਲਚਰ ਦਾ ਮੜਾ ਹਾਲ ਹੈ ਔਰ ਜਿਹੜਾ ਇਹ ਮੋਦੀ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਬੜੀ ਲੋ ਇਨਫਲੇਸ਼ਨ ਰੱਖੀ ਹੈ ਇਹ ਐਕਚੁਅਲੀ ਲੋਕਾਂ ਦੀ ਇਨਕਮ ਨੂੰ ਘਟਾ ਕੇ ਖਾਸ ਕਰਕੇ ਫਾਰਮਿੰਗ ਸੈਕਟਰ ਦੀ ਜਿਹੜੀ ਇਨਕਮ ਹੈ ਉਹਨਾਂ ਨੂੰ ਪੂਰੇ ਪੈਸੇ ਨਾ ਦੇ ਕੇ ਇਹ ਲੋ ਇਹ ਪ੍ਰੋਜੈਕਟ ਕੀਤੇ ਜਾ ਰਹੀਆਂ सो तो ये हालात बहुत खराब है गया और जड़ी फॉरन इन्वैसटमेंट एंड लोकल इन्वैसटमेंट बहुत लो है एंड ड्यू टू न्यू जियो पोलिटिकल जहाँ ने फैसले कर दते हैं वो इंडिया की एक्सपोर्ट अच्छ बहुत डाउन है सो इंडिया नीड्स ए रियलाइजमेंट ऑफ इट्स पॉलिसीज टू गैट दिस एकमी बैक ऑन द ट्रैक पर यह लगता नहीं है कि ये ट्रैक होगी आई थिंक वी नीड a person like manmohan singh again he is well and good pura policies dobara lag sakdiyan yeah yeah thank you so much dr bajra appreciate tode hamesha ne suljhe hoye vichar hunde hai am india da ta eh eh ho ja haal hai na jadon kise nu matlab dil da daura penda hai na te tusi unna nu fad ke oh electric shock dinde ho hai na india nu is vele dil da daura pe reya hai heart attack ho reya hai ਇੰਡੀਆ ਨੂੰ ਇੱਕ ਇਲੈਕਟ੍ਰਿਕ ਸ਼ੌਕ ਦੀ ਲੋਡ ਹੈ ਕਿ ਕੋਈ ਆ ਕੇ ਸੰਭੋ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਰੀਕਾ ਤੋਂ ਬੋਲਦਾ ਹਾਂ ਤੋਂ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਪੰਨੂ ਜੀ ਦੱਸੋ ਬਹੁਤ ਧੰਨਵਾਦ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਟਾਪਿਕਸ ਡਿਸਕਸ ਕਰਦੇ ਜੀ ਸਾਨੂੰ ਜਾਣੂ ਕਰਾਉਂਦੇ ਜੀ ਤੁਸੀਂ ਗੱਲ ਜਿਸ ਤਾ ਇੰਡੀਆ ਚ ਹੋ ਰਹੀ ਆ ਇਹ ਤੇ ਬਹੁਤ ਦੁੱਖ ਦੀ ਗੱਲ ਆ ਇਹ ਮੈਂ ਮੈਂ ਇਹ ਸੋਚਦਾ ਵੀ ਜੇ ਇਸ ਤਰੀਕੇ ਨਾਲ 70 ਸਾਲ ਦੀ ਡੈਮੋਕ੍ਰੇਸੀ ਤੋਂ ਡੰਗੋਕ੍ਰੇਸੀ ਬਣ ਗਈ ਆ ਇੰਡੀਆ ਵਿੱਚ ਤੇ ਇਹ ਇਸ ਦਾ ਹਾਲੇ ਇੱਕ ਆਪਾਂ ਹੋਰ ਟਰਾਈ ਕਰਕੇ ਵੇਖ ਸਕਦੇ ਹਾਂ ਵੀ ਹੋਰ ਦੇ ਪੰਜਾ ਸਾਲਾਂ ਵਾਸਤੇ ਇਹ ਮਾਰਸ਼ਲ ਲਾਗ ਜੋ ਇਹ ਵੀ ਟਰਾਈ ਕਰਕੇ ਵੇਖ ਲਈਏ ਮਾਰਸ਼ਲ ਮਾਰਸ਼ਲ ਲਾ ਮਾਰਸ਼ਲ ਲਾ ਮਾਰਸ਼ਲ ਹਾਂਜੀ ਤੇ ਫਿਰ ਫਿਰ ਸ਼ਾਇਦ ਸ਼ਾਇਦ ਫਿਰ ਸ਼ਾਇਦ ਏ ਬੈਕ ਟੂ ਨੋਰਮਲ ਹੋ ਜੇ ਪਰ ਪੰਨੂ ਜੀ ਪੰਨੂ ਜੀ ਇੱਕ ਇੱਕ ਸੈਕਿੰਡ ਜਾਨ ਤੋਂ ਪਹਿਲੇ ਤੁਸੀਂ ਮਾਰਸ਼ਲ ਬਹੁਤ ਤੁਸੀਂ ਕੰਟ੍ਰੋਵਰਸ਼ਲ ਸਟੇਟਮੈਂਟ ਰੱਖੀ ਹੈ ਅਮ ਮਾਰਸ਼ਲ ਲੋ ਤਾਂ ਇੱਕ ਕਿਸਮ ਦਾ ਸਟੈਪ ਪਿੱਛੋ ਪਿੱਛੇ ਲੈਣ ਲੈਣ ਵਾਲੀ ਗੱਲ ਹੋ ਗਈ ਆਮ ਆਮ ਆ ਮਸਟ ਆਸਕ ਯੂ ਅਮ ਆਫ ਕੋਰਸ ਲੀਡਰਸ ਦੇ ਵਿੱਚ ਅਜ ਕੰਫੀਡੈਂਸ ਵੀ ਨਹੀਂ ਹੈਗਾ ਤੇ ਨਾ ਉਹਨਾਂ ਦੀ ਕਪੇਬਿਲਿਟੀ ਵਿੱਚ ਕਿਸੇ ਨੂੰ ਭਰੋਸਾ ਹੈ ਅਮ ਬਟ ਤੁਹਾਨੂੰ ਮਤਲਬ ਤੁਹਾਡਾ ਕਹਿਣਾ ਹੈ ਭਾਵੇਂ ਕਿ ਇੰਡੀਆ ਦੀ ਮਿਲਟਰੀ ਨੂੰ ਇਸ ਵੇਲੇ ਕੰਟਰੋਲ ਵਿੱਚ ਆਣਾ ਚਾਹੀਦਾ ਜਿੱਥੇ ਡੈਮੋਕਰੈਟਿਕਲੀ ਇਲੈਕਟਿਡ ਲੀਡਰਸ ਫੇਲ ਕਰ ਰਿਹਾ ਹੈ ਸਿਟੀਜ਼ਨਸ ਨੂੰ ਉਥੇ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਕਿ ਮਾਰਸ਼ਲ ਲਾ ਹੋ ਇੰਪਲੀਮੈਂਟ ਹੋਣਾ ਚਾਹੀਦਾ 5 ਸਾਲਾਂ ਲਈ ਕਿ ਮਿਲਟਰੀ ਨੂੰ ਟੇਕਓਵਰ ਕਰਨਾ ਚਾਹੀਦਾ ਹੈ ਕੰਟਰੀ ਦੇ ਡੇ ਟੂ ਡੇ ਆਪਰੇਸ਼ਨਸ ਐਮ ਆਈ ਕਰੈਕਟ ਸਰ ਮੈਂ ਇਹ ਇਸ ਕਰਦਾ ਹਾਂ ਕਿ ਬਾਕੀ ਅਸੀਂ ਸਭ ਕੁਝ ਟਰਾਈ ਕਰਕੇ ਵੇਖ ਲਿਆ ਕਿ ਕਿਉਂਕਿ ਪੋਲੀਟੀਕਲ ਜਿਹੜੇ ਸਿਲ ਇਹ ਕਿਸੇ ਕਿਸੇ ਵੀ ਹੱਦ ਤੱਕ ਇਹ ਕ੍ਰਪਸ਼ਨ ਤੋਂ ਜਿਹੜੀਆਂ ਇੰਨੀ ਡੁੱਬ ਚੁੱਕੀਆਂ ਨਾ ਇਹਨਾਂ ਨੂੰ ਬਗੈਰ ਇਸ ਫਕਤ ਤੋਂ ਮੇਰਾ ਖਿਆਲ ਹੋਰ ਕੋਈ ਚਾਰਾ ਨਹੀਂ ਲੱਗਦਾ ਬਾਕੀ ਇਹ ਮੈਂ ਮਾਕੀ ਲੰਗ ਸਿਆਣੇ ਆ ਸਾਰੇ ਮੈਂ ਆਪਣਾ ਪਰਸਨਲ ਆਈਡੀ ਜੀ ਥੈਂਕ ਯੂ ਸੋ ਮਚ ਅਪਰੀਸ਼ੀਏਟਡ ਪਨੂਜੀ ਅਮ ਬਟ ਯੂ نو ਵਾਂਸ ਅਗੇਨ ਇਟਸ ਅ ਵੈਰੀ ਕੰਟਰੋਵਰਸ਼ੀਅਲ ਸਟੇਟਮੈਂਟ ਮਾਰਸ਼ਲ ਲਾਅ ਅਮ ਪਾਕਿਸਤਾਨ ਦੇ ਤਰ੍ਹਾਂ ਕੰਟਰੀ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ ਜਾਂ ਯਾ ਅਮ ਯੂ نو ਮਿਡਲ ਈਸਟ ਦੇ ਜੋ ਵਕ ਵਕ ਅਨਸਟੇਬਲ ਗਵਰਨਮੈਂਟਸ ਰਹੀਆਂ ਹਨ ਉਹਨਾਂ ਦੇ ਵਿੱਚ ਮਾਰਸ਼ਲ ਲਾਅ ਅਪਣਾਇਆ ਗਿਆ ਹੈ ਈਜੀਪਟ ਦੇ ਵਿੱਚ ਜੋ ਅਰਬ ਰਾਈジング ਹੋਈ ਸੀ ਅਰਬ ਸਪ੍ਰਿੰਗ ਹੋਈ ਸੀ ਅਮ 2011 ਤੋਂ ਬਾਅਦ ਉੱਥੇ ਮਾਰਸ਼ਲ ਲਾਅ ਵਿਕਨੂ ਮਿਲਿਆ ਸੀ ਜਦੋਂ ਲੋਕਾਂ ਦਾ ਭਰੋਸਾ ਗਵਰਨਮੈਂਟ ਦੇ ਵਿੱਚ ਨਾ ਥੱਲੇ ਡਿੱਗ ਪਿਆ ਸੀ ਕਿ ਉਹਨਾਂ ਨੇ ਮਿਲਟਰੀ ਨੂੰ ਕੰਟਰੋਲ ਦੇ ਦਿੱਤਾ ਤੇ ਉੱਥੇ ਆਈ ਮੀਨ ਅਗਰ ਕਿਸੇ ਨੂੰ ਉਸ ਇਤਿਹਾਸ ਬਾਰੇ ਪਤਾ ਹੋਏ ਤੇ ਤੁਹਾਨੂੰ ਇਹ ਪਤਾ ਹੋਏਗਾ ਕਿ ਜਦੋਂ ਅਰਬ ਸਪ੍ਰਿੰਗ ਹੋਈ ਸੀ ਮਾਰਸ਼ਲ ਲਾਅ ਇੰਪਲੀਮੈਂਟ ਕੀਤਾ ਗਿਆ ਸੀ ਤੇ ਮਿਲਟਰੀ ਵੀ ਕਰਪਟ ਹੋ ਗਈ ਸੀ ਕਿ ਜਦੋਂ ਪਾਵਰ ਆ ਜਾਂਦੀ ਹੈ ਅਮਜਦਾ ਇੱਕ ਹੋਰ ਕਹਾਵਤ ਹੈਗੀ ਅੰਗਰੇਜ਼ੀ ਦੀ ਐਬਸੋਲੂਟ ਪਾਵਰ corrupt absolutely ki jo tusi kisse nu bilkul unchecked ya total control de dende ho ta fir us control nu kyu chhadan ge ਉਹਨਾਂ ਦਾ ਟੋਟਲ ਕੰਟਰੋਲ ਮਿਲ ਗਿਆ ਤੇ ਯੂ نو ਇਟਸ ਅ ਵੈਰੀ ਇੰਟਰਸਟਿੰਗ ਥਾਟ ਕਿ ਇੰਡੀਆ ਦੇ ਵਿੱਚ ਅਗਰ ਮਿਲਟਰੀ ਨੂੰ ਕੰਟਰੋਲ ਦਿੱਤਾ ਜਾਏ ਹਰ ਇੱਕ ਚੀਜ਼ ਦਾ ਡੇ ਟੂ ਡੇ ਅਫੇਅਰਸ ਦਾ ਕਿ ਕੀ ਉਹ ਉਸ ਕੰਟਰੋਲ ਨੂੰ ਵਾਪਸ ਦੇਣਗੇ ਅਮ ਇੱਕ ਇਹ ਸੁਝਾਅ ਦਿੱਤਾ ਗਿਆ ਲੇਕਿਨ ਮਿਲਟਰੀ ਨੂੰ ਲੈ ਕੇ ਕਿ ਕਾਸ ਕਰਕੇ ਜਿੱਥੇ ਕੋਵਿਡ ਦੀ ਮੈਨੇਜਮੈਂਟ ਦੀ ਗੱਲ ਹੋ ਰਹੀ ਸੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਤੁਹਾਡੇ ਲਈ ਰੱਖੀ ਸੀ ਕਿ ਪ੍ਰੋਬਲਮ ਦੇ ਦੋ ਸਾਈਡਸ ਹੈਗੀਆਂ ਇੱਕ ਸਾਈਡ ਅਵੇਲੇਬਿਲਟੀ ਕਿ ਉਹਨਾਂ ਦੇ ਕੋਲ ਲਿਮਿਟਿਡ ਸਪਲਾਈ ਸੀਗੀ ਭਾਵੇਂ ਹੋ ਵੈਕਸੀਨ ਹੋਏ ਵੈਂਟਿਲੇਟਰਸ ਹੋਏ ਵਕ ਵਕ ਮੈਨੂਫੈਕਚਰਿੰਗ ਕੰਪੋਨੈਂਟਸ ਰੈਸਪੀਜ਼ ਫਲਾ ਨਫਲਾ 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 ਉਸ ਚੀਜ਼ ਦੀ ਉਹਨਾਂ ਚੀਜ਼ਾਂ ਦੀ ਕਮੀਆਂ ਸੀਗੀਆਂ ਉਸ ਚੀਜ਼ ਨੂੰ ਅਡਰੈਸ ਕਰਨ ਲਈ ਬਹੁਤ ਲੋਕਾਂ ਨੇ ਸਟੈਪ ਅਪ ਕੀਤਾ ਬਹੁਤ ਕੰਟਰੀਜ਼ ਨੇ ਆਪਣੀ ਕੰਟਰੀਬਿਊਸ਼ਨਸ ਦਿੱਤੀਆਂ ਉਹ ਤਾਂ ਇੱਕ ਪਾਸੇ ਦੀ ਗੱਲ ਹੈ ਦੂਜੇ ਪਾਸੇ ਉਹਨ ਸਾਰੀ ਸਪਲਾਈਜ਼ ਦੀ ਉਹਨ ਸਾਰੀ ਚੀਜ਼ਾਂ ਦੀ ਉਹਨ ਫੰਡਿੰਗਸ ਦੀ ਡਿਸਟ੍ਰਿਬਿਊਸ਼ਨ ਤੇ ਮੈਨੇਜਮੈਂਟ ਦੀ ਗੱਲ ਆ ਜਾਂਦੀ ਤੇ ਇਹ ਇੱਕ ਸੁਝਾਅ ਦਿੱਤਾ ਗਿਆ ਹੈ ਕਿ ਸ਼ਾਇਦ ਇੰਡੀਆ ਦੀ ਮਿਲਟਰੀ ਨੂੰ ਕੋਵਿਡ ਦੀ ਮੈਨੇਜਮੈਂਟ ਨੂੰ ਉਹਦਾ ਕੰਟਰੋਲ ਲੈ ਲੈਣਾ ਚਾਹੀਦਾ ਹੈ ਸ਼ਾਇਦ ਇਹ ਇੱਕ ਏਰੀਆ ਹੋਏ ਕਿ ਮਿਲਟਰੀ ਜਿਨ੍ਹਾਂ ਦੇ ਕੋਲ ਡਿਸਪਲਿਨ ਹੈ ਅ ਜਿਨ੍ਹਾਂ ਦੇ ਵਿੱਚ ਸ਼ਾਇਦ ਇੰਨੀ ਰਾਜਨੀਤੀ ਨਹੀਂ ਪੋਲਿਟਿਕਸ ਨਹੀਂ ਹੈ ਬਿਕੋਜ਼ ਉਹ ਚੋਣਾਂ ਲਈ ਨਹੀਂ ਲੜਦੇ ਉਹ ਉਹਨਾਂ ਦੀ ਅਪਾਇੰਟਡ ਅਰਨਡ ਪੋਜੀਸ਼ਨਸ ਹੈਗੀਆਂ ਕਿ ਉਹਨਾਂ ਨੂੰ ਆਪਣੀ ਪੋਜੀਸ਼ਨ ਆਪਣੀ ਵੋਟ ਦਾ ਖਤਰਾ ਨਹੀਂ ਹੈ ਉਹਨਾਂ ਨੂੰ ਆਪਣੇ ਕੰਮ ਤੋਂ ਮਤਲਬ ਹੈ ਕਿ ਅਗਰ ਉਹਨਾਂ ਨੂੰ ਇਹ ਕੰਮ ਉਹਨਾਂ ਤੇ ਸੌਂਪਤਾ ਸੌਂਪ ਦਿੱਤਾ ਜਾਏ ਕਿ ਉਹ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਆ ਮੈਨੇਜਮੈਂਟ ਕਰ ਸਕਦੇ ਆ ਡਿਸਟ੍ਰਿਬਿਊਸ਼ਨ ਕਰ ਸਕਦੇ ਆ ਚਾਹੇ ਵੈਕਸੀਨਸ ਦੀ ਹੋਵੇ ਚਾਹੇ ਉਹ ਹਸਪਤਾਲਾਂ ਦੀ ਹੋਵੇ ਵੈਂਟਿਲੇਟਰਸ ਦੀ ਹੋਵੇ ਇਕੁਪਮੈਂਟ ਦੀ ਹੋਵੇ ਪਰਸਨਲਲ ਦੀ ਹੋਵੇ ਕਿ ਡਾਕਟਰਸ ਨੂੰ ਕਿਸ ਡਾਕਟਰ ਨੂੰ ਕਿੱਥੇ ਪਾਣਾ ਹੈ ਕਿਸ ਤਰ੍ਹਾਂ ਮੈਡੀਕਲ ਪ੍ਰੋਫੈਸ਼ਨਲਸ ਨੂੰ ਯੂਜ਼ ਕਰਨਾ ਹੈ ਵੌਲੰਟੀਅਰਸ ਨੂੰ ਯੂਜ਼ ਕਰਨਾ ਹੈ ਕਿਸ ਤਰ੍ਹਾਂ ਇੱਕ ਜਨਤਾ ਨੂੰ ਗਾਈਡ ਕਰਨਾ ਹੈ ਕਿ ਤੁਸੀਂ ਇੱਥੇ ਜਾ ਕੇ ਆਪਣੀ ਵੈਕਸੀਨ ਲਵਾਓ ਤੁਸੀਂ ਇੱਥੇ ਜਾ ਕੇ ਆਪਣੇ ਐਗਜ਼ਾਮ ਆਪਣੀ ਟੈਸਟਿੰਗ ਕਰਾਓ ਤੇ ਤੁਸੀਂ ਸਾਰੇ ਇਹੋ ਜੀ ਚੀਜ਼ਾਂ ਨਾ ਕਰੋ ਜਿੱਦਾਂ ਮਤਲਬ ਮਾਸ ਰੈਲੀਆਂ ਯਰ ਰਿਲੀਜੀਅਸ ਫੈਸਟੀਵल्स ਇਹੋ ਜੀ ਚੀਜ਼ਾਂ ਤੋਂ ਦੂਰ ਰਹੋ ਕਿ ਸ਼ਾਇਦ ਮਿਲਟਰੀ ਇੱਕ ਹੱਲ ਹੋਏ ਜਿੱਥੇ ਮੈਨੇਜਮੈਂਟ ਦਾ ਇਨਾ ਵੱਡਾ ਮਸਲਾ ਬਣ ਰਿਹਾ ਹੈ ਇੰਡੀਆ ਦੇ ਵਿੱਚ ਕਿ ਜੋ ਡਿਸਪਲਾਈਨਡ ਹੈਗੀ ਇੱਕ ਬਾਡੀ ਇੱਕ ਐਂਟੀਟੀ ਕਿ ਸ਼ਾਇਦ ਉਹ ਇਸ ਚੀਜ਼ ਦੇ ਵਿੱਚ ਕੁਝ ਹੈਲਪ ਕਰ ਸਕਦੇ ਆ ਆ ਮਸਲੇ ਤਾਂ ਬਹੁਤ ਜ਼ਿਆਦਾ ਹਨ ਮੈਂ ਜਦੋਂ ਸਿਰਫ ਇੱਕ ਹੀ ਸਵਾਲ ਤੁਹਾਡੇ ਨਾਲ ਰੱਖਣਾ ਚਾਹੁੰਦੀ ਆ ਕਿ ਇਸ ਸਾਰੀ ਚੀਜ਼ ਨੂੰ ਲੈ ਕੇ ਕਈਆਂ ਦਾ ਕਹਿਣਾ ਹੈ ਕਿ ਪ੍ਰੈਜ਼ੀਡੈਂਟ 트੍ਰੰਪ ਹਾਰੇ ਇੱਥੇ ਦੇ ਇਲੈਕਸ਼ਨ ਕੋਵਿਡ ਕਰਕੇ ਆ ਕਿ ਪਾਵੇ ਉਹਨਾਂ ਨੂੰ ਇਸ ਕੰਟਰੀ ਦੇ ਵਿੱਚ 70 ਮਿਲੀਅਨ ਲੋਕਾਂ ਨੇ ਵੋਟ ਪਾਈ 77 ਮਿਲੀਅਨ ਲੋਕਾਂ ਨੇ ਵੋਟ ਪਾਈ ਜੋ ਬਾਈਡਨ ਨੂੰ ਤੇ ਜੋ ਬਾਈਡਨ ਇਸ ਕਰਕੇ ਜਿੱਤੇ ਇੱਕ ਇਹ ਥਿਊਰੀ ਹੈ ਕਿਉਂਕਿ ਪ੍ਰੈਜ਼ੀਡੈਂਟ 트ੰਪ ਨੇ ਕੋਵਿਡ ਦੀ ਮਿਸਮੈਨੇਜਮੈਂਟ ਬਹੁਤ ਵੱਡੇ ਲੈਵਲ ਤੇ ਕੀਤੀ ਕਿ ਇਹ ਸੇਮ ਚੀਜ਼ ਇੰਡੀਆ ਵਿੱਚ ਵੇਖਣ ਨੂੰ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਅਮ ਅੱਜ ਦੀ ਡੇਟ ਦੇ ਵਿੱਚ ਤਾਂ ਨਹੀਂ ਲੱਗਦਾ ਕਿ ਭਾਜਪਾ ਸਰਕਾਰ ਨੂੰ ਤੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇਹਦਾ ਕੋਈ ਵੱਡਾ ਪ੍ਰਾਈਸ ਦੇਣਾ ਪਊਗਾ ਬਟ ਅਮ ਬੰਗਾਲ ਵਿੱਚ ਜੋ ਹੋਇਆ ਸ਼ਾਇਦ ਉਹ ਸਾਨੂੰ ਕੋਈ ਨਾ ਕੋਈ ਇੰਡੀਕੇਸ਼ਨ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਈ ਪ੍ਰਾਈਮ ਮਿਨਿਸਟਰ ਮੋਦੀ ਤੇ ਇਹ ਕੋਵਿਡ ਦਾ ਸਾਰਾ ਮਸਲਾ ਬਹੁਤ ਭਾਰੀ ਪੈ ਸਕਦਾ ਹੈ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਇਨ ਸਾਰੇ ਟੌਪਿਕਸ ਨੂੰ ਲੈ ਕੇ ਸਾਡੇ ਲਈ ਕੋਈ ਕੁਐਸ਼ਨਸ ਕਮੈਂਟਸ ਕਨਸਰਨਸ ਸਾਨੂੰ ਲਿਖ ਸਕਦੇ ਹੋ info@justbroadcasting.com ਆਸ਼ਮਿਤਾ @justbroadcasting.com ਹੁਣ ਮਨੁੰਦੇ ਹੋ ਇਜਾਜ਼ਤ ਸੱਚੇ ਕਾਲ